ਆਵਾਜ਼ ਦੀ ਦੁਨੀਆ ਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ। ਮੈਂ ਤੋਤਾ ਸਿੰਘ ਦੀਨਾ, ਆਪਣਾ ਪ੍ਰੋਗਰਾਮ, ਆਪਣੀਆਂ ਗੱਲਾਂ, ਆਪਣੇ ਲੋਕ ਲੈ ਕੇ ਹਾਜ਼ਰ ਹਾਂ ਜੀ। ਤੁਸੀਂ ਸੁਣ ਰਹੇ ਹੋ ਦੇਸੀ ਵਰਲਡ ਰੇਡੀਓ, ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ। ਇਹ ਪ੍ਰੋਗਰਾਮ 8:45 ਤੇ ਸ਼ਾਮਾਂ ਨੂੰ ਮੰਡੇ ਟੂ ਫਰਾਈਡੇ ਇਹਦਾ ਜਿਹੜਾ ਪ੍ਰਸਾਰਣ ਹੁੰਦਾ ਜੀ ਭਾਰਤੀ ਸਮੇਂ ਅਨੁਸਾਰ। ਸਾਡਾ ਪ੍ਰੋਗਰਾਮ ਜਿਹੜਾ ਜੀ ਸਾਡੀ ਦੇਸੀ ਵਰਲਡ ਰੇਡੀਓ ਦੀ ਵੈਬਸਾਈਟ ਤੋਂ ਵੀ ਮਾਣਿਆ ਜਾ ਸਕਦਾ, ਨਾਲ ਨਾਲ ਜਿਨ੍ਹਾਂ ਕੋਲ ਆਈਫੋਨ ਨੇ ਉਹ ਐਪਲ ਸਟੋਰ ਦੇ ਵਿੱਚ ਜਾ ਕੇ ਸਾਡੀ ਦੇਸੀ ਵਰਲਡ ਰੇਡੀਓ ਦੀ ਜਿਹੜੀ ਐਪ ਡਾਊਨਲੋਡ ਕਰਕੇ 24 ਘੰਟੇ 7 ਦਿਨ ਹੋਰ ਵੀ ਪ੍ਰੋਗਰਾਮਾਂ ਦਾ ਜਿਹੜਾ ਆਨੰਦ ਨਾਲ ਨਾਲ ਮਾਣ ਸਕਦੇ ਹੋ। ਐਂਡਰਾਇਡ ਫੋਨ ਵਾਲੇ ਗੂਗਲ ਪਲੇ ਸਟੋਰ ਦੇ ਵਿੱਚ ਜਾ ਕੇ ਜਿਹੜਾ ਜੀ ਸਾਡੇ ਰੇਡੀਓ ਦੀ ਐਪ ਡਾਊਨਲੋਡ ਕਰਕੇ ਜਿਹੜਾ ਪ੍ਰੋਗਰਾਮਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਜੀ। ਅੱਜ ਆਪਣੀਆਂ ਗੱਲਾਂ ਆਪਣੇ ਲੋਕ ਪ੍ਰੋਗਰਾਮ ਦੇ ਵਿੱਚ ਜੋ ਸ਼ਖਸੀਅਤ ਜੋ ਮਹਿਮਾਨ ਸਾਡੇ ਨਾਲ ਜੁੜੇ ਨੇ ਉਹ ਲੰਬੇ ਸਮੇਂ ਤੋਂ ਥੀਏਟਰ ਨਾਲ ਜੁੜੇ ਹੋਏ ਨੇ, ਪਹਿਲਾਂ ਰੇਡੀਓ, ਜਲੰਧਰ ਦੂਰਦਰਸ਼ਨ ਅਤੇ ਕਾਫੀ ਫੇਮਸ ਹਸਤੀ ਰਹੇ ਨੇ ਬਹੁਤ ਸਾਰੇ ਨਾਟਕਾਂ ਦੇ ਵਿੱਚ। ਉਹਨਾਂ ਦਾ ਜਿਹੜਾ ਜ਼ਿਕਰ ਅੱਜ ਵੀ ਤੁਹਾਡੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੈ, ਕਦੇ ਉਹਨਾਂ ਦਾ ਜਦੋਂ ਚਿਹਰਾ ਮੋਹਰਾ ਜਾਂ ਉਹਨਾਂ ਦਾ ਨਾਂ ਸਾਹਮਣੇ ਆਉਂਦਾ ਹੈ। ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਉਹਨਾਂ ਨੇ ਪੈੜਾਂ ਛੱਡੀਆਂ ਨੇ ਥੀਏਟਰ ਦੇ ਕਲਾਕਾਰ ਦੇ ਨਾਲ ਨਾਲ ਦੂਰਦਰਸ਼ਨ ਅਤੇ ਰੇਡੀਓ ਦੇ ਵਿੱਚ ਉਹ ਹਮੇਸ਼ਾ ਸਾਡੇ ਜ਼ਿਹਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ। ਅਤੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਪੰਜਾਬ 1984 ਦੇ ਵਿੱਚ ਵੀ ਉਹਨਾਂ ਦਾ ਇੱਕ ਵਧੀਆ ਰੋਲ ਹੈ, ਇੱਕ ਪੁਲਿਸ ਵਾਲੇ ਦਾ ਰੋਲ ਅਦਾ ਕੀਤਾ ਹੈ। ਕਪਤਾਨ ਫਿਲਮ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਜੀ ਉਹ ਮੇਨ ਵਧੀਆ ਰੋਲ ਰਿਹਾ ਜੀ। ਅਤੇ ਨਾਲ ਨਾਲ ਜਿਹੜਾ 25 ਕਿੱਲੇ ਜ਼ਮੀਨ ਜਿਹੜੀ 25 ਕਿੱਲੇ ਆਈ ਸੀ ਫਿਲਮ ਉਹਦੇ ਵਿੱਚ ਵੀ ਉਹਨਾਂ ਜਿਹੜਾ ਰੋਲ ਰਿਹਾ ਜੀ। ਇਹ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਕਿ ਜਿਹੜਾ ਵਕੀਲ ਦਾ ਉਹਨਾਂ ਨੇ ਕਰੈਕਟਰ ਅਦਾ ਕੀਤਾ ਸੀ 25 ਕਿੱਲੇ ਫਿਲਮ ਦੇ ਵਿੱਚ, ਅਤੇ ਕਪਤਾਨ ਫਿਲਮ ਦੇ ਵਿੱਚ ਉਹਨਾਂ ਦੇ ਦੁਆਲੇ ਹੀ ਇੱਕ ਸਰਦਾਰ ਦੇ ਦੁਆਲੇ ਜਿਹੜੀ ਸਟੋਰੀ ਘੁੰਮਦੀ ਹੈ ਉਹਨਾਂ ਦਾ ਹੀ ਮੇਨ ਰੋਲ ਹੈ ਇਹ। ਆਓ ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਓਏ ਆਖਦੇ ਹਾਂ ਅਤੇ ਸਾਡੇ ਨਾਲ ਜੁੜ ਚੁੱਕੇ ਨੇ ਮੇਰੀ ਮੁਰਾਦ ਹੈ ਦਲਜਿੰਦਰ ਬਸਰਾ ਜੀ ਤੋਂ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਆਪਣੀਆਂ ਗੱਲਾਂ ਆਪਣੇ ਲੋਕ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਤੇ ਧੰਨਵਾਦ ਤੁਹਾਡਾ ਜੀ, ਧੰਨਵਾਦ ਤੁਹਾਡਾ, ਤੁਸੀਂ ਇੰਨੇ ਬਿਜੀ ਸ਼ਡਿਊਲ ਦੇ ਵਿੱਚ ਸਾਨੂੰ ਟਾਈਮ ਦਿੱਤਾ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਨਹੀਂ ਜੀ, ਰੈਡੀ ਹੈ ਬਸ, ਚੱਲ ਰਿਹਾ ਜੀ ਬਿਲਕੁਲ। ਹਾਂਜੀ, ਤੇ ਸਭ ਤੋਂ ਪਹਿਲਾਂ ਸਵਾਲ ਜੀ, ਸਰਬ ਸਾਂਝਾ ਸਵਾਲ ਹੈ ਦਲਜਿੰਦਰ ਬਸਰਾ। ਵੈਸੇ ਤਾਂ ਫਿਲਮਾਂ ਦੇ ਵਿੱਚ ਦੇਖੀਏ ਤਾਂ ਬਾਕੀ ਮੈਂ ਸਰੋਤਿਆਂ ਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਤੁਹਾਡੀਆਂ ਜਿਹੜੀਆਂ 3 ਮੇਨ ਜਿਹੜੀਆਂ ਫਿਲਮਾਂ ਪੰਜਾਬੀ ਦੇ ਵਿੱਚ ਆਈਆਂ ਤਾਂ ਉਹਨਾਂ ਤੁਹਾਡਾ ਜਿਹੜਾ ਰੋਲ ਹੈ ਮੈਂ ਸਰੋਤਿਆਂ ਨੂੰ ਪਹਿਲਾਂ ਹੀ ਉਹਦੇ ਬਾਰੇ ਜਿਹੜਾ ਜੀ ਉਹ ਦੱਸ ਚੁੱਕਿਆ। ਤੇ ਮੇਰਾ ਸਵਾਲ ਹੁਣ ਤੁਹਾਡੇ ਤੱਕ ਕੀ ਹੈ, ਦਲਜਿੰਦਰ ਬਸਰਾ ਕੌਣ ਹੈ, ਕਿਸ ਮਿੱਟੀ ਤੋਂ ਇਹ ਬੁੱਤ ਬਣਿਆ, ਕਿਹੜੇ ਪਿੰਡ ਤੋਂ, ਕਿੱਥੋਂ ਦਾ ਤੁਹਾਡਾ ਪਿਛੋਕੜ ਹੈ, ਤੇ ਫਿਰ ਤੁਹਾਡਾ ਐਜੂਕੇਸ਼ਨ ਵਾਲਾ ਜਿਹੜਾ ਪੱਖ ਹੈ ਉਹ ਕੀ ਹੈ? ਹਾਂਜੀ ਜੀ, ਐਜੂਕੇਸ਼ਨ ਬੜੀ ਘੁੰਮ ਫਿਰ ਕੇ ਹੋਈ ਹੈ ਜੀ। ਬੇਸਿਕਲੀ ਸਾਡਾ ਪਿੰਡ ਪੈਂਦਾ ਮਾਲਪੁਰ ਦੇ ਕੋਲ ਜੀ, ਝੁੰਗੀਆਂ ਜੰਡੋਲੀ ਜੀ, ਤੇ ਹਾਲਾਂਕਿ ਉਹ ਜ਼ਿਆਦਾ ਉੱਥੇ ਰਹੇ ਨੀ, ਬਸ ਮੇਰਾ ਜਲੰਧਰ ਦਾ ਜੀ, ਪਰ ਉਸ ਤੋਂ ਬਾਅਦ ਅਸੀਂ ਦਿੱਲੀ ਚਲੇ ਗਏ, ਚੌਥੀ ਕਿਤਾਬ ਮੈਂ ਦਿੱਲੀ ਪੜਿਆ ਜੀ, ਤੇ ਉਸ ਤੋਂ ਬਾਅਦ ਜਲੰਧਰ ਆ ਗਿਆ। ਡੈਡੀ ਦੀ ਰੇਡੀਓ ਚ ਜੋਬ ਸੀਗੀ, ਉਦੋਂ ਰੇਡੀਓ ਇੰਜੀਨੀਅਰ ਸੀਗੇ ਡੈਡੀ ਜੀ, ਤੇ ਉਸ ਤੋਂ ਬਾਅਦ ਗਵਾਲੇ 4 ਸਾਲ ਚਲ ਗਏ ਕਿਉਂਕਿ ਉੱਥੇ ਗੁਰਾਣਾ ਜਿਹੜਾ ਰੇਡੀਓ ਸਟੇਸ਼ਨ ਸੀਗਾ ਉੱਥੇ ਕਲੋਨੀ ਸੀ, ਉੱਥੇ ਆਪਾਂ ਰਹੇ 4 ਸਾਲ ਜੀ। ਡੈਡੀ ਬੇਸਿਕਲੀ ਸਰਦਾਰ ਗੁਰਮੀਤ ਸਿੰਘ ਬਸਰਾ ਜੀ, ਤੇ ਉਹ ਇੰਜੀਨੀਅਰ ਸੀਗੇ ਪਰ ਸ਼ੌਕ ਉਹਨਾਂ ਦਾ ਲਿਟਰੇਚਰ ਚ ਜ਼ਿਆਦਾ ਸੀਗਾ ਜੀ, ਤੇ ਇੰਜੀਨੀਅਰ ਬਣਨ ਤੋਂ ਬਾਅਦ ਵੀ ਉਹਨਾਂ ਨੇ ਐਮਏ ਇੰਗਲਿਸ਼ ਕੀਤੀ, ਫਿਰ ਐਮਏ ਪੰਜਾਬੀ ਕੀਤੀ, ਤੇ ਉਸ ਤੋਂ ਬਾਅਦ ਉਹਨਾਂ ਦੀ ਨੌਕਰੀ ਲੱਗ ਗਈ ਜੀ ਇੱਧਰ ਦਿਆਲ ਸਿੰਘ ਕਾਲਜ ਕਰਨਾਲ ਪੰਜਾਬੀ ਲੈਕਚਰਰ ਦੀ ਜੀ,
ਤੇ ਉੱਥੇ ਅਸੀਂ ਸ਼ਿਫਟ ਕਰਕੇ ਗ੍ਰੈਜੂਏਸ਼ਨ ਫਿਰ ਮੈਂ ਕਰਨਾਲ ਤੋਂ ਕੀਤੀ, ਜੈਲ ਸਿੰਘ ਕਾਲਜ ਤੋਂ ਜੀ। ਤੇ ਉਸ ਤੋਂ ਬਾਅਦ ਫਿਰ ਆਪਣੇ ਸ਼ੌਕ ਦੇ ਮੁਤਾਬਿਕ, ਕਿਉਂਕਿ ਇੱਧਰ ਰੰਗ ਮੰਚ ਵੱਲ ਮੇਰਾ ਸ਼ੌਕ ਸੀ ਥੀਏਟਰ ਵੱਲ ਜੀ, ਐਮਏ ਥੀਏਟਰ ਦੀ ਫਿਰ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੀ ਜੀ। ਤੇ ਉਸ ਤੋਂ ਬਾਅਦ ਫਿਰ ਘੁੰਮਦੇ ਫਿਰਦੇ ਹੋਏ ਅੱਜ ਕੱਲ ਜਲੰਧਰ ਚ ਹੀ ਸੈਟਲ ਦੇ ਜ਼ਿਆਦਾ, ਬੰਬੇ ਚੱਕਰ ਲੱਗਦਾ ਰਹਿੰਦਾ ਜੀ, ਪਰ ਹੁਣ ਘਰ ਜਲੰਧਰ ਸੀ ਜੀ। ਲੋਕਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਹੁੰਦਾ, ਤੁਸੀਂ ਘਾਟ ਘਾਟ ਤੋਂ ਐਜੂਕੇਸ਼ਨ ਲਈ ਹੈ ਜੀ। ਜੀ ਜੀ ਹਾਂਜੀ ਹਾਂਜੀ। ਅਗਲਾ ਜਿਹੜਾ ਮੇਰਾ ਸਵਾਲ ਹੈ ਜੀ, ਤੁਹਾਡਾ ਘਰੇਲੂ ਵੀ ਸੰਬੰਧ ਸੀਗਾ ਇਸ ਚੀਜ਼ ਨਾਲ, ਹੋਰ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਇੱਧਰ ਨੂੰ ਤੁਹਾਡਾ ਜਿਹੜਾ ਮਹਾਨ ਹੈ ਜਾਂ ਤੁਹਾਡਾ ਜਿਹੜਾ ਰੁੱਖ ਹੈ ਜ਼ਿੰਦਗੀ ਦੇ ਅਗਲੇ ਸਫ਼ਰ ਦਾ, ਇਹ ਤੁਸੀਂ ਵਿਦਿਆਰਥੀ ਹੁੰਦੇ ਹੋਏ ਸ਼ੁਰੂ ਕਰ ਲਿਆ ਸੀ ਕਿ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਕੀਤੀ ਹੈ ਸਕੂਲ ਕਾਲਜ ਤੋਂ ਬਾਅਦ ਕੀਤੀ ਹੈ, ਕਿਸ ਤਰ੍ਹਾਂ ਦਾ ਸਫ਼ਰ ਕਦੋਂ ਸ਼ੁਰੂ ਹੋਇਆ ਸੀ? ਇਹ ਵੀ ਅੱਗੇ ਹੀ ਰਿਹਾ ਜੀ, ਉੱਪਰ ਥੱਲੇ ਚੱਲਦੀ ਰਹੀ ਹੈ ਜੀ। ਮੰਮੀ ਦੱਸਦੇ ਕਿ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਸੀ ਉਦੋਂ ਮੈਂ ਗਾਉਂਦਾ ਹੁੰਦਾ ਸੀਗਾ ਜੀ, ਬਚਪਨ ਦੇ ਤੋਂ ਗਾਉਣ ਦਾ ਬੜਾ ਸ਼ੌਂਕ ਰਿਹਾ ਮੈਨੂੰ, ਘਰ ਚ ਕੋਈ ਮਾਹੌਲ ਨੀ ਸੀ ਪਰ ਮਾਹੌਲ ਸਪੋਰਟਿਵ ਬਹੁਤ ਸੀਗਾ ਜੀ, ਤੇ ਕਿਉਂਕਿ ਆਪਾਂ ਸਾਹਿਤ ਨਾਲ ਜੁੜੇ ਹੋਏ ਸੀਗੇ, ਬਹੁਤ ਵਧੀਆ ਉਹਨਾਂ ਨੇ ਮਾਹੌਲ ਦਿੱਤਾ ਸਾਨੂੰ, ਬਹੁਤ ਕੂਲ, ਬਹੁਤ ਖੁੱਲਾ, ਕੋਈ ਪ੍ਰੈਸ਼ਰ ਨੀ, ਕੋਈ ਫਾਲਤੂ ਦੀਆਂ ਗੱਲਾਂ ਨੀ, ਤੇ ਜਿਹਨੇ ਜੋ ਕਰਨਾ ਉਹ ਕਰੇ। ਤੇ ਪਿੱਛੇ ਜੇ ਮੇਰੇ ਇੱਕ ਬੜੇ ਫੇਵਰੇਟ ਟੀਚਰ ਸੀਗੇ ਸਰਦਾਰ ਦਵਿੰਦਰ ਸਿੰਘ ਸਰਾਹ ਹੋਣੀ ਜੀ, ਤੇ ਪਿੱਛੇ ਜੇ ਐਕਸਪਾਇਰ ਹੋ ਗਏ ਸਾਨੂੰ ਛੱਡ ਗਏ ਜੀ। ਫਗਵਾੜੇ ਰਾਮਗੜੀਆ ਹਾਇਰ ਸੈਕੰਡਰੀ ਸਕੂਲ ਫਗਵਾੜੇ ਦੀ ਗੱਲ ਹੈ, ਉੱਥੇ ਮੈਂ ਪਹਿਲਾਂ ਨਾਟਕ ਕੀਤਾ ਸੀ ਤੇ ਸਰ ਦੀ ਡਾਇਰੈਕਸ਼ਨ ਵਿੱਚ ਕੀਤਾ ਸੀ, ਸ਼ੌਕ ਮੈਨੂੰ ਬੜਾ ਸੀਗਾ ਜੀ। ਮਤਲਬ ਇੱਕ ਅਜੀਬ ਜੀ ਸਿਚੁਏਸ਼ਨ ਸੀ ਕਿ ਸ਼ੌਕ ਬਹੁਤ ਸੀ, ਕੈਮਰੇ ਸਾਹਮਣੇ ਮੈਂ ਸ਼ੀਸ਼ੇ ਸਾਹਮਣੇ ਬੋਲਦਾ ਰਹਿੰਦਾ ਸੀ, ਐਕਟਿੰਗ ਬਹੁਤ ਕਰਦਾ ਸੀ, ਔਰ ਫੇਰ ਵੀ ਆ ਕੇ ਲੱਤਾਂ ਬਹੁਤ ਕੰਮ ਹੁੰਦਾ ਸੀ ਜੀ, ਤੇ ਪਰ ਉਹ ਕਿਉਂਕਿ ਸ਼ੌਕ ਸੀਗਾ ਹੌਲੀ ਹੌਲੀ ਉਸ ਡਰ ਦਾ ਸਾਹਮਣਾ ਕੀਤਾ, ਤੇ ਫਿਰ ਇਹੀ ਸਿੱਖਿਆ, ਕਿਉਂਕਿ ਪਿੱਛੇ ਜੇ ਮੇਰੀ ਇੱਕ ਸਟੂਡੈਂਟ ਮੇਰੇ ਤੋਂ ਪੁੱਛ ਰਹੀ ਸੀ ਤੇ ਕਹਿੰਦੀ ਸਰ ਸਟੇਜ ਤੇ ਡਰ ਬਹੁਤ ਲੱਗਦਾ ਜੀ, ਮੈਂ ਕਿਹਾ ਫਿਰ ਦੱਸੋ ਡਰ ਨੂੰ ਹਰਾਉਣ ਦਾ ਤਰੀਕਾ ਕੀ ਹੈ ਜੀ, ਕਹਿੰਦੀ ਕੀ ਹੈ, ਮੈਂ ਕਿਹਾ ਇਹਨੂੰ ਫੇਸ ਕਰੋ ਜੀ, ਬਹੁਤ ਵਧੀਆ ਗੱਲ ਬਸ, ਮਤਲਬ ਉਹ ਉਸ ਡਰ ਦਾ ਸਾਹਮਣਾ ਕਰਦੇ ਕਰਦੇ ਹੌਲੀ ਹੌਲੀ ਡਰ ਚਲਾ ਗਿਆ, ਤੇ ਉਸ ਤੋਂ ਬਾਅਦ ਰੰਗੜੀਆ ਸਕੂਲ ਚ ਫਗਵਾੜੇ ਚ ਮੈਂ ਦੋ ਤਿੰਨ ਸਾਲ ਲਗਾਤਾਰ ਨਾਟਕ ਕੀਤੇ, ਕਾਫੀ ਪਾਪੂਲਰ ਸੀ ਮੈਂ, ਕਾਫੀ ਅੱਛੀ ਆਡੀਅੰਸ ਸੀ, ਕਾਫੀ ਲੋਕੀ ਪਸੰਦ ਕਰਦੇ ਸੀ। ਉਸ ਤੋਂ ਬਾਅਦ ਜਦੋਂ ਕਿਉਂਕਿ ਮੈਂ ਪਲੇਅਰ ਵੀ ਰਿਹਾ, ਮੈਂ ਯੂਨੀਵਰਸਿਟੀ ਲੈਵਲ ਤੱਕ, ਇੰਟਰਨੈਸ਼ਨਲ ਲੈਵਲ ਤੱਕ ਖੇਡਿਆ, ਪੰਜਾਬ ਲੈਵਲ ਤੱਕ ਮੈਂ ਖੇਡਿਆ, ਤੇ ਸਭ ਕੁਛ ਚੱਲਦਾ ਸੀ ਨਾਲ ਦੇ ਨਾਲ ਜੀ। ਤੇ ਉਸ ਤੋਂ ਬਾਅਦ ਜਦੋਂ ਕਾਲਜ ਮੈਂ ਗ੍ਰੈਜੂਏਸ਼ਨ ਲਈ ਗਿਆ ਨਾ, ਉਦੋਂ ਉੱਥੇ ਆਲਰੇਡੀ ਟੀਮ ਬਣੀ ਹੋਈ ਸੀਗੀ ਜੀ, ਤੇ ਮੈਂ ਇੱਕ ਵੈਸੇ ਹੀ ਬੱਚਾ ਜਿਹਾ ਲੱਗਦਾ ਹੁੰਦਾ ਸੀਗਾ, ਆਪਣੀ ਉਮਰ ਤੋਂ ਛੋਟਾ ਹੀ ਲੱਗਦਾ ਸੀ, ਬਲਕਿ ਜੀ ਬੀ ਏ ਦਾ ਸਟੂਡੈਂਟ ਲੱਗਦਾ, ਤਾਂ ਉਹ ਕਹਿੰਦੇ ਯਾਰ ਤੈਨੂੰ ਕਿੱਥੇ ਫਿੱਟ ਕਰੀਏ, ਸੋ ਤਿੰਨ ਸਾਲ ਆਪਣੀ ਗ੍ਰੈਜੂਏਸ਼ਨ ਦੇ ਉਹਨਾਂ ਨੇ ਡਰਾਮੇ ਚ ਨਹੀਂ ਲਿਆ ਜੀ, ਨਹੀਂ ਯਾਰ ਤੂੰ ਇਸ ਲਾਇਕ ਨਹੀਂ ਹੈਗਾ, ਸੋ ਉਸ ਗੱਲ ਨੇ ਕਿਤੇ ਨਾ ਕਿਤੇ ਮੇਰਾ ਜਿਹੜਾ ਉਹ ਸੀ ਨਾ ਉਹਨੂੰ ਹੋਰ ਪੱਕਿਆ ਕਰਤਾ ਜੀ, ਹਾਂ ਯਾਰ ਮੈਂ ਤਾਂ ਇਹੀ ਕੰਮ ਕਰਨਾ। ਬੇਸਿਕ ਮੈਂ ਡਰਾਮੇ ਚ ਨਹੀਂ ਸੀ ਕਾਲਜ ਦੀ, ਪਰ ਕਾਲਜ ਦਾ ਐਸਾ ਫੰਕਸ਼ਨ ਨਹੀਂ ਸੀ ਹੁੰਦਾ ਜਿਸ ਮੈਂ ਹੁੰਦਾ ਨਹੀਂ ਸੀ ਜੀ, ਮਤਲਬ ਮੈਂ ਬੀ ਏ ਕਰਦਾ, ਬੀ ਏ ਆਨਰਸ ਇਨ ਇੰਗਲਿਸ਼ ਕੀਤੀ ਆ ਮੈਂ ਜੀ, ਆਰਟਸ ਦਾ ਸਟੂਡੈਂਟ ਸੀ, ਸਾਇੰਸ ਬਲੋਕ ਚ ਵੀ ਕੋਈ ਫੰਕਸ਼ਨ ਹੁੰਦਾ ਸੀ ਮੈਂ ਉੱਥੇ ਵੀ ਜਾ ਵੜਦਾ ਸੀ, ਮੇਰੀ ਕਾਲਜ ਚ ਆਪਣੀ ਆਡੀਅੰਸ ਸੀਗੀ, ਚਾਹੇ ਉਹ ਸਿੰਗਿੰਗ ਹੋਵੇ, ਚਾਹੇ ਉਹ ਰਾਈਟਿੰਗ ਹੋਵੇ, ਚਾਹੇ ਉਹ ਪੋਇਮ ਹੋਵੇ, ਚਾਹੇ ਉਹ ਗਾਣਾ ਹੋਵੇ, ਚਾਹੇ ਮੌਨ ਐਕਟਿੰਗ ਹੋਵੇ, ਹਰ ਫੰਕਸ਼ਨ ਚ ਮੈਂ ਪਰਫਾਰਮ ਕਰਦਾ ਹੁੰਦਾ ਸੀ, ਆਪਣੀ ਕੀੜੇ ਮਤਲਬ ਮੈਂ ਉੱਥੇ ਕਰਦਾ ਹੁੰਦਾ ਸੀ ਬਿਲਕੁਲ। ਤੇ ਉਸ ਤੋਂ ਬਾਅਦ ਜਦੋਂ ਬੀ ਏ ਆਨਰਸ ਇਨ ਇੰਗਲਿਸ਼ ਹੋ ਗਈ ਤੇ ਸਾਰੇ ਐਕਸਪੈਕਟ ਕਰ ਰਹੇ ਸੀ, ਕਿਉਂਕਿ ਡੈਡੀ ਪੰਜਾਬੀ ਦੇ ਲੈਕਚਰ ਸੀਗੇ, ਮੈਂ
ਪੰਜਾਬੀ ਚ ਯੂਨੀਵਰਸਿਟੀ ਚ ਫਸਟ ਵੀ ਸੀ। ਅੱਛਾ ਤੇ ਸਾਰੇ ਐਕਸਪੈਕਟ ਕਰ ਰਹੇ ਸੀ ਕਿ ਮੈਂ ਇੰਗਲਿਸ਼ ਕਰੇਗਾ ਜਾਂ ਪੰਜਾਬੀ ਕਰੇਗਾ ਜੀ। ਤੇ ਮੈਂ ਡੈਡੀ ਨੂੰ ਕਹਿੰਦਾ ਮੈਂ ਨੀ, ਮੈਂ ਕਿਹਾ ਮੈਂ ਐਮਏ ਥੀਏਟਰ ਕਰਨੀ ਹੈ ਜੀ। ਠੀਕ ਆ ਬਈ, ਤੇ ਜਾਂ ਤੇਰੀ ਮਰਜ਼ੀ, ਪਰ ਤੂੰ ਲਾ ਜਾ ਗਿਆ ਤੂੰ ਕਰ ਲਏਗਾ ਉੱਥੇ। ਡੈਡੀ ਮੈਨੂੰ ਲੈ ਕੇ ਗਏ ਪੰਜਾਬ ਯੂਨੀਵਰਸਿਟੀ ਜੀ, ਉੱਥੇ ਲੈ ਕੇ ਗਏ ਤੇ ਕੁਮਾਰ ਸਰ ਉੱਥੇ ਮਿਲੇ ਸਾਨੂੰ ਜੀ, ਬਹੁਤ ਵੱਡੇ ਥੀਏਟਰ ਦੇ ਗੁਰੂ ਕੁਮਾਰ ਵਰਮਾ ਸਰ ਜੀ। ਤੇ ਡੈਡੀ ਨੇ ਮਿਲਾਇਆ ਤੇ ਸਰ ਅੱਜ ਵੀ ਯਾਦ ਕਰਦੇ, ਕਹਿੰਦੇ ਯਾਰ ਆਪਕੇ ਫਾਦਰ ਆਏ ਸੀ, ਬਹੁਤ ਅੱਛਾ ਲੱਗਾ ਸਰ, ਬੜੇ ਜ਼ਹੀਨ ਆਦਮੀ ਸਰ ਜੀ। ਤੇ ਉਹ ਬਸ ਉਹ ਕਹਿੰਦੇ ਇੰਟਰਵਿਊ ਦੇ, ਬਾਈ ਦੇਖਦੇ ਆ ਸਰ, ਫਿਰ ਇੰਟਰਵਿਊ ਭਰਤੀ ਜੀ, ਥੀਏਟਰ ਦੀ ਇੰਟਰਵਿਊ ਭਰਤੀ ਹੈ ਪੰਜਾਬ ਦੇ ਚੰਡੀਗੜ੍ਹ ਨਾਲ ਐਮਏ ਇੰਗਲਿਸ਼ ਭਰਤੀ, ਕਿਉਂਕਿ ਸਾਲ ਪਟਿਆਲਾ ਯੂਨੀਵਰਸਿਟੀ ਚ ਐਡਮਿਸ਼ਨ ਨੀ ਸੀ ਹੋਏ, ਕੋਈ ਪ੍ਰੋਬਲਮ ਹੋ ਗਈ ਸੀ ਥੀਏਟਰ ਦੀ ਡਿਪਾਰਟਮੈਂਟ ਚ ਐਡਮਿਸ਼ਨ ਨੀ ਹੋਏ ਜੀ, ਉੱਥੇ ਐਮਏ ਇੰਗਲਿਸ਼ ਭਰਤੀ ਜੀ। ਤੇ ਇੱਕ ਦਿਨ ਬੈਠੇ ਬਿਠਾਇਆ ਸਵਾਲ ਆਇਆ ਵੈਸੇ ਕਿ ਯਾਰ ਜੇ ਦੋਨਾਂ ਚ ਐਡਮਿਸ਼ਨ ਨਾ ਹੋਈ ਤਾਂ ਕਰਨਾ ਕੀ ਆ ਜੀ, ਭਾਜਣਾ ਪੈ ਗਈ ਆ ਐਮਏ ਇੰਗਲਿਸ਼ ਫਿਰ ਜਵਾਲ ਸਿੰਘ ਕਾਲਜ ਚ ਜੁਆਇਨ ਕੀਤੀ ਜੀ। ਐਮਏ ਇੰਗਲਿਸ਼ ਇੱਕ ਮਹੀਨਾ ਕਲਾਸਾਂ ਲੱਗੀਆਂ ਮਜ਼ੇ ਨਾਲ, ਉਸ ਤੋਂ ਬਾਅਦ ਮੇਰੀ ਇੰਟਰਵਿਊ ਆ ਗਈ ਐਮਏ ਇੰਗਲਿਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜੀ। ਤੇ ਬੜੀ ਮਜ਼ੇਦਾਰ ਇੰਟਰਵਿਊ ਹੋਈ, ਬੜੀਆਂ ਗੱਲਾਂ, ਲੋਕੀ ਦੋ ਦੋ ਮਿੰਟ ਬਾਹਰ ਆ ਰਹੇ ਸੀਗੇ, ਇਹ 30-35 ਮਿੰਟ ਮੇਰੇ ਨਾਲ ਗੱਲਾਂ ਹੁੰਦੀਆਂ ਨੇ, ਮੈਂ ਦੱਸਿਆ ਜੀ ਮੈਂ ਕਲਾਕਾਰ ਮੈਂ ਜੀ ਮੈਂ ਗਾਣੇ ਗੁਣੇ ਗਾ ਰਿਹਾ, ਐਵੇਂ ਐਮਏ ਇੰਗਲਿਸ਼ ਦੀ ਇੰਟਰਵਿਊ ਮੈਂ ਉਹਨਾਂ ਨੂੰ ਗਾਣੇ ਗੁਣਾ ਰਿਹਾ। ਉਹ ਕਹਿੰਦੇ ਯਾਰ ਬੜਾ ਮਜ਼ਾ ਆਊਗਾ ਤੂੰ ਆ ਜਾ ਤੁਸੀਂ ਕਰ ਲੈ ਜੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਮੈਂ ਪਰ ਮੇਰੀ ਨਾ ਕੱਲ ਇੰਟਰਵਿਊ ਹੈ ਤੇ ਥੀਏਟਰ ਦੇ, ਮੈਂ ਕਿਹਾ ਜੇ ਉੱਥੇ ਹੋ ਗਈ ਫਿਰ ਮੈਂ ਇੱਥੇ ਨੀ ਆਉਣਾ। ਉਹ ਕਹਿੰਦੇ ਅਸੀਂ ਪ੍ਰੇ ਕਰਦੇ ਤੇਰੇ ਉੱਥੇ ਨਾ ਹੋਵੇ। ਤੇ ਉਸ ਤੋਂ ਬਾਅਦ ਜੈਸੀ ਕਾਲਜ ਦੀ ਫੀਸ ਛੱਡੀ ਐਮ ਏ ਦੀ, ਫਿਰ ਉੱਥੇ ਫੀਸ ਜਮਾ ਕਰਾਣੀ ਸੀ, ਆਪਣਾ ਟਿਕਟ ਕਰਨਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਫੀਸ ਜੀ। ਫਿਰ ਅਗਲੇ ਦਿਨ ਇੰਟਰਵਿਊ ਸੀ ਐਮ ਏ ਥੀਏਟਰ ਦੀ। ਨਿਚੜ ਕੇ ਤੁਹਾਡੇ ਐਕਸਪੀਰੀਅੰਸ ਨਿਚੜ ਕੇ ਤੁਹਾਡੇ ਆਪਣੀ ਬਣਦੀ ਹੈ। ਜਿੱਦਣ ਮੇਰੀ ਇੰਟਰਵਿਊ ਸੀ ਉਸ ਦਿਨ ਬਹੁਤ ਵੱਡੀ ਗੱਲ ਸਿੱਖਣ ਨੂੰ ਬੜੀ, ਜਦੋਂ ਮੈਂ ਇੰਟਰਵਿਊ ਪਹੁੰਚਿਆ ਐਮ ਏ ਥੀਏਟਰ ਦੀ, ਮੈਂ ਨਿਆਣਾ ਜਿਹਾ ਬੱਚਾ ਤੇ ਮੇਰੀ ਡੈਡੀ ਵੀ ਜਿਹੜੀ ਆ ਉਹ ਐਮਏ ਤੋਂ ਬਾਅਦ ਆਈ ਜੀ। ਤੇ ਮੈਂ ਦੇਖਿਆ ਯਾਰ ਉੱਥੇ ਅੱਡੇ ਅੱਡੇ ਪਾਪੇ ਆਏ ਹੋਏ, ਅੱਡੇ ਅੱਡੀ ਦਾੜੀ, ਕੋਈ ਗਿਟਾਰ ਲੈ ਕੇ ਆ, ਕੋਈ 5-2 ਜਾ ਰਿਹਾ, ਕੁਰਤਾ ਪਾ ਕੇ ਨਿਕਲਾ ਜਾ ਠੰਡਾ, ਬੜਾ ਬੇਸ ਚਲਾ ਕੇ ਗੱਲ ਕਰਿਆ ਹੋਇਆ ਬੋਰਮ, ਬਸ ਮੈਂ ਨਾ ਉਹਦੇ ਨਾਲ ਡਿਮੋਰਲਾਈਜ ਹੋ ਗਿਆ ਸਾ। ਇੰਟਰਵਿਊ ਇੰਨੀ ਜ਼ਬਰਦਸਤ ਗਈ, ਫਿਰ ਲੱਗਾ ਹਾਂ ਯਾਰ ਕੁਛ ਨੀ ਸੀ, ਖਿਡਾਰੀ ਦਾ ਤਾਂ ਪੱਠਾ ਮੈਦਾਨ ਚ ਲੱਗਦਾ ਕੋਈ, ਤੁਹਾਡੀ ਆਪਣੀ ਪਰਫਾਰਮੈਂਸ ਮੈਟਰ ਕਰਦੀ, ਇੰਨਾ ਮੇਰਾ ਡਿਪਾਰਟਮੈਂਟ ਦੀ ਲਿਸਟ ਕਹਿੰਦੇ ਅੱਜ ਲੱਗੀ ਹੈ ਜੀ, ਡਿਪਾਰਟਮੈਂਟ ਚ ਲੱਗਣੀ ਹੈ, ਤੇ ਮੈਂ ਕਿਹਾ ਬੜੇ ਬੜੀ ਟੈਨਸ਼ਨ, ਲਿਟਰਲੀ ਮਤਲਬ ਮੇਰੇ ਅੱਖਾਂ ਅੱਗੇ ਹਨੇਰਾ ਛਾ ਗਿਆ, ਜਦੋਂ ਲਿਸਟ ਸਾਹਮਣੇ ਸੀ ਨਾ ਮੈਨੂੰ ਦਿਖੇ ਨਾ ਕੁਛ, ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਤਾਂ ਮੈਨੂੰ ਮੇਰਾ ਐਕਸਪੀਰੀਅੰਸ ਪੁੱਛਿਆ ਸੀਗਾ ਕਿ ਸਰ ਐਮਏ ਕਰਨ ਦਾ ਫਾਇਦਾ ਕੀ ਹੋਇਆ ਜੀ। ਮੈਂ ਕਿਹਾ ਇੱਕ ਤਾਂ ਸਾਨੂੰ ਆਦਮੀ ਨੀ ਪਤਾ ਲੱਗਦਾ ਕਿ ਅਸੀਂ ਕਿੰਨਾ ਕੁਛ ਡਰਾਮੇ ਬਾਰੇ ਸਿੱਖ ਜਾਂਦੇ ਹਾਂ ਜੀ, ਉਹ ਜਦੋਂ ਅਸੀਂ ਕੰਮ ਕਰਦੇ ਉੱਥੇ ਚਲਾਉਣਾ ਤੁਹਾਡੇ ਫੰਡੇ ਇੰਨੇ ਕਿਧਰ ਹੋਵੇ ਸਮੇਂ ਨੂੰ ਲੈ ਕੇ ਜੀ। ਤੇ ਦੂਜੀ ਗੱਲ ਇਹ ਆ ਕਿ ਕਿਧਰ ਕਿਤੇ ਤੁਹਾਡੇ ਮਨ ਚ ਵੀ ਇਹ ਤੈਅ ਹੋ ਜਾਂਦਾ ਕਿ ਤੁਸੀਂ ਇਸੇ ਫੀਲਡ ਚ ਜਾਣਾ,
ਜੀ ਬਣ ਜਾਂਦਾ। ਹਾਂ ਯਾਰ ਹੁਣ ਐਮ ਏ ਥੀਏਟਰ ਕੀਤੀ, ਹੁਣ ਐਕਟਿੰਗ ਜਾਂ ਡਾਇਰੈਕਸ਼ਨ ਜਾਂ ਇਸ ਰਿਲੇਟਿਡ ਫੀਲਡ ਚ ਜਾਣਾ ਜੀ। ਬਸ ਜੀ ਉਸ ਤੋਂ ਬਾਅਦ ਐਮ ਏ ਹੋ ਗਈ ਉਸ ਸੋਰੀ ਜੀ ਬਿਲਕੁਲ ਨਹੀਂ। ਤੁਹਾਡੀ ਜਿਹੜੀ ਕਹਾਣੀ ਸੀ ਬਹੁਤ ਰੋਚਕ ਸੀ, ਸੁਣਨ ਨੂੰ ਮਨ ਕੀਤਾ। ਹੋਰ ਕਿਉਂਕਿ ਸੁਣਨ ਵਾਲੇ ਜਿੰਨੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਲੱਗੀ, ਕਿਉਂਕਿ ਹਰ ਬੰਦਾ ਜਦੋਂ ਮੁਕਾਮ ਤੇ ਕਿਸੇ ਤੇ ਸ਼ੁਰੂਆਤ ਕਰਦਾ ਉਹ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਉਹ ਸਾਰਿਆਂ ਦੀ ਸਰਬ ਸਾਂਝੀ ਗੱਲ ਹੀ ਹੈ, ਸਾਰਿਆਂ ਨਾਲ ਏਦਾਂ ਹੀ ਵਾਪਰਦਾ ਜਿਹੜੇ ਸਫਲ ਹੋ ਕੇ ਨਿਕਲਦੇ ਨੇ ਲੋਕ। ਤੇ ਤੁਸੀਂ ਰੇਡੀਓ ਵੀ ਕਰਦੇ ਰਹੇ ਹੋ ਤੇ ਰੇਡੀਓ ਬਹੁਤ ਜੀ ਤੇ ਫਿਰ ਅਸੀਂ ਜਲੰਧਰ ਆ ਗਏ ਜੀ। ਫਿਰ ਸਮਾ ਡੈਡੀ ਬਿਮਾਰ ਹੋ ਗਏ ਤੇ ਜਲੰਧਰ ਵਿੱਚ ਨਾਨਕੇ ਸੀਗੇ ਜੀ, ਤੇ ਕੋਈ ਭਰਾ ਮੇਰਾ ਉਹ ਮੈਂ ਕੈਨੇਡਾ ਚਲਾ ਗਿਆ ਸੀ ਜੀ। ਮੈਂ ਉਦੋਂ ਬੋਂਬੇ ਸੀ, ਬੋਂਬੇ ਚ ਮੈਨੂੰ ਮਿਲ ਵੀ ਰਿਹਾ ਸੀ, ਉਦੋਂ ਮਿਲ ਜਾਣਾ ਸੀ ਤੇ ਮੇਰੇ ਡੈਡੀ ਬਿਮਾਰ ਸੀਗੇ ਤੇ ਮੈਂ ਚੜ ਚੜਾ ਕੇ ਬੋਂਬੇ ਜਲੰਧਰ ਆ ਗਿਆ ਸੀਗਾ ਡੈਡੀ ਜੀ। ਬੰਬੇ ਜਾਣ ਦਾ ਜਿਹੜਾ ਕਿਤੇ ਨਾ ਕਿਤੇ ਉਹ ਕਰੇਸ ਉਹ ਕਰਦਾ ਗਿਆ, ਕਿਉਂਕਿ ਇੱਥੇ ਜ਼ਿੰਮੇਦਾਰੀ ਸੀ। ਉਸ ਤੋਂ ਬਾਅਦ ਮੈਨੂੰ ਆਪਣੀ 93 ਚ ਮੈਂ ਪਲੇ ਕਰ ਰਿਹਾ ਸੀਗਾ ਨੋ ਮੈਨ ਲੈਂਡ ਜੀ, ਤੇ ਉੱਥੇ ਮੈਨੂੰ ਆਪਣੀ ਹੋਣ ਵਾਲੀ ਸ਼ਰੀਕੀ ਹਾਇਤ ਵੀ ਮਿਲ ਗਈ ਜੀ ਸੰਤੋਸ਼ ਜੀ। ਉਹ ਲੱਗਾ ਕਿ ਇੱਕੋ ਹੀ ਲੈਵਲ ਦੀ ਸੋਚ ਹੈ ਤੇ ਦੋਨੋਂ ਕਲਾਕਾਰ ਹੈ, ਬਹੁਤ ਅੱਛੀ ਫੀਲਿੰਗ ਹੋ ਗਈ ਜੀ। ਅਸੀਂ 94 ਚ ਅਸੀਂ ਵਿਆਹ ਕਰਾ ਲਿਆ ਜੀ, ਹਾਲਾਂਕਿ ਉਸ ਤੋਂ ਬਾਅਦ ਉਹ ਆਪ ਮੈਨੂੰ ਬਹੁਤ ਪੁਸ਼ ਕਰਦੀ ਸੀ, ਤੁਸੀਂ ਜਾਓ ਬੰਬੇ ਮੈਂ ਇੱਥੇ ਸਾਰਾ ਕੁਝ ਸਾਂਭ ਲਓਗੇ ਜੀ। ਪਰ ਉਸ ਤੋਂ ਬਾਅਦ ਫਿਰ ਬੱਚੇ ਹੋ ਗਏ ਤੇ ਫਿਰ ਸਿਲਸਿਲਾ ਇੱਧਰ ਮੈਨੂੰ ਪਤਾ ਨੀ ਕਿਉਂ ਇਹ ਬੇਟਾ ਲੰਗਰ ਹੈ, ਹਾਲਾਂਕਿ ਉਹ ਟਰੈਵਲ ਕਰ ਰਹੇ ਨਾ ਜੀ ਜੀ ਬਿਲਕੁਲ। ਹਾਂਜੀ ਪਟਿਆਲੇ ਤੋਂ ਮੋਰਿੰਡਾ ਜਾ ਰਹੇ ਹਾਂ, ਮੈਂ ਆਪਣੇ ਦੋਸਤਾਂ ਨੂੰ ਵੀ ਤੁਹਾਡੀ ਹੈਲੋ ਕਰਾ ਦਾ, ਮੇਰੇ ਬੜੇ ਜੀ ਦੋਸਤ ਨੇ ਅਜੇ ਜੇਠੀ ਆਏ ਨੇ ਸਪੇਨ ਤੋਂ ਜੀ। ਸਤਿ ਸ਼੍ਰੀ ਅਕਾਲ ਜੀ, ਇਹ ਸੁਪਰ ਸਿੰਘ ਜਿਹੜੀ ਅਨੁਰਾਗ ਸਿੰਘ ਹੋਣਾ ਦੀ ਫਿਲਮ ਲੇਟੈਸਟ ਹੈ ਦਲਜੀਤ ਦੀ ਜੀ, ਤੇ ਉਹਦੇ ਚ ਕੰਮ ਕਰਕੇ ਆਏ ਨੇ, ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਬਹੁਤ ਸਾਰੇ ਸੀਰੀਅਲ ਅੰਸ਼ਪਾਲ ਮੇਰੇ ਕੋਲ ਬੈਠੇ ਨੇ ਤੇ ਇਹਨਾਂ ਦੀ ਹੁਣ ਅਪਕਮਿੰਗ ਫਿਲਮ ਹੈਗੀਆਂ, ਇੱਕ ਚੈਲੰਜ ਹੈ, ਹੋਰ ਦੋ ਤਿੰਨ ਫਿਲਮਾਂ ਹੈਗੀਆਂ, ਥੀਏਟਰ ਚ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਹ ਅਸੀਂ ਸਾਰੇ ਇਕੱਠੇ ਪਟਿਆਲੇ ਤੋਂ ਮੋਰਿੰਡਾ ਕਾਰ ਚ ਜਾ ਰਹੇ ਹਾਂ ਜੀ ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਮਿਹਰਬਾਨੀ ਸਾਰਿਆਂ ਨਾਲ ਜਿਹੜਾ ਜੀ ਉਹ ਲਫ਼ਜ਼ਾਂ ਦੀ ਜਿਹੜੀ ਸਾਂਝ ਪਾਉਣ ਦਾ ਮੌਕਾ ਮਿਲਿਆ, ਤੁਹਾਡਾ ਧੰਨਵਾਦ। ਤੇ ਅਗਲੀ ਜਿਹੜੀ ਗੱਲ ਹੈ, ਜਿਹੜਾ ਤੁਹਾਡਾ ਫਿਲਮੀ ਸਫ਼ਰ ਸੀ ਇਹ ਕਦੋਂ ਸ਼ੁਰੂ ਕੀਤਾ ਸੀ? ਟੀਵੀ ਸੌਰੀ ਪਹਿਲਾਂ ਤੁਸੀਂ ਦੂਰਦਰਸ਼ਨ ਵਾਲੇ ਟੀਵੀ ਤੋਂ ਬਹੁਤ ਕੀਤਾ, ਟੀਵੀ ਮੈਂ ਉਹੀ ਮੈਂ ਦੱਸਦਾ ਕਿ 93 ਸਵਰ ਮੈਂ ਮੇਰਾ ਜਿਹੜਾ ਬੈਚਮੇਟ ਸੀਗਾ ਪੁਨੀਤ ਸਹਿਗਲ ਜੀ, ਜਿਹੜਾ ਐਮਏ ਸੀ ਮੇਰਾ ਬੈਚਮੇਟ ਸੀ ਤੇ ਬਹੁਤ ਅੱਛਾ ਦੋਸਤ ਫਰੈਂਡ, ਤੇ ਉਹ ਰੇਡੀਓ ਤੇ ਆ ਗਿਆ, ਉਹਨੇ ਮੈਂ ਜੁਆਇਨ ਕੀਤਾ ਸੀਗਾ, ਉਹ ਰੇਡੀਓ ਜਲੰਧਰ ਆ ਗਿਆ, ਉੱਥੇ ਫਿਰ ਆਪਾਂ ਰੇਡੀਓ ਜਲੰਧਰ ਰੇਡੀਓ ਕਰਨਾ ਸ਼ੁਰੂ ਕੀਤਾ ਤੇ 95 ਦੇ ਵਿੱਚ ਦੂਰਦਰਸ਼ਨ ਦੇ ਆਡੀਸ਼ਨ ਹੋਏ ਸੀਗੇ ਜੀ ਦੂਰਦਰਸ਼ਨ ਲਈ, ਤੇ ਮੈਨੂੰ ਕਿਹਾ ਤਾਂ ਆ ਗਿਆ ਨਾ ਆਡੀਸ਼ਨ ਭਰਤਾ, ਮੈਂ ਕਿਹਾ ਯਾਰ ਮੈਂ ਬੰਬੇ ਜਾਣਾ ਹੈ ਰਿਹਾ ਤਾਂ, ਕਹਿੰਦੇ ਆਡੀਸ਼ਨ ਤਾਂ ਦੇ ਦੇ ਜੀ, ਬੜੀ ਵਾਰ ਮੈਂ ਆਡੀਸ਼ਨ ਦੇਣ ਗਿਆ ਤੇ ਜਿੱਦਣ ਮੈਂ ਆਡੀਸ਼ਨ ਦੇ ਕੇ ਆਇਆ ਹਾਲੇ ਰਿਜ਼ਲਟ ਵਿੱਚ ਨਿਕਲਾ ਤਾਂ ਅਗਲੇ ਦਿਨ ਫੋਨ ਆ ਗਿਆ ਸੀ, ਉਹਨਾਂ ਦੇ ਬੜੇ ਗਲਤ ਕਦਰਦਾਨ ਸੀ, ਉਹਨੇ ਕਿਹਾ ਮੇਰਾ ਕਰ ਰਿਹਾ ਮੇਨ ਦੇ ਵਿੱਚ ਜੀ, ਉਹਨਾਂ ਨੇ ਮੈਨੂੰ ਬੁਲਾਇਆ ਤੇ 95 ਦੇ ਵਿੱਚ ਮੇਰੀ
ਦੂਰਦਰਸ਼ਨ ਤੇ ਸ਼ੁਰੂਆਤ ਹੋਈ, ਸੀਰੀਅਲ ਸੀਗਾ ਮਸੀਹਾ ਜੀ, ਤੇ ਮਵੀਸ਼ ਕਾਲ ਤੋਂ ਦੂਰਦਰਸ਼ਨ ਤੇ ਹੋਰ ਸਾਰੇ ਬਹੁਤ ਸਾਰੇ ਸੀਰੀਅਲ, ਉਸ ਤੋਂ ਬਾਅਦ ਜਸਵੰਤਦੀਪ ਉਹਨਾਂ ਨੇ ਕਾਫੀ ਕੰਮ ਕੀਤਾ, ਇੱਕ ਬੜੀ ਫੇਮਸ ਪਹਿਲੀ ਫਿਲਮ ਹੈ ਮੇਰੀ ਆਖਾ ਜੀ, ਉਹਦੇ ਚ ਬਾਰੂ ਦਾ ਕਰੈਕਟਰ ਹੈ ਲੋਕੀ ਕਈ ਵਾਰੀ ਉਹਦੇ ਤੋਂ ਮੈਨੂੰ ਯਾਦ ਕਰਦੇ ਆ, ਕਦੀ ਮਿਲਦੇ ਤੇ ਮੈਨੂੰ ਉਹੀ ਨਾਮ ਲੈ ਕੇ ਮਿਲਦੇ ਮੇਰੇ ਜਿਹੜੇ ਪੁਰਾਣੇ ਫੈਨਸ ਜੀ, ਬਿਲਕੁਲ। ਉਸ ਤੋਂ ਬਾਅਦ ਕਾਫੀ ਸੀਰੀਅਲ ਸੀਗੇ ਤੇ ਉਸ ਤੋਂ ਬਾਅਦ ਪੁਨੀਤ ਜਦੋਂ ਦੂਰਦਰਸ਼ਨ ਆਇਆ ਤੇ ਅਸੀਂ ਇੱਕ ਸੀਰੀਅਲ ਪਲਾਨ ਕੀਤਾ ਭਾਗਾਂ ਵਾਲੀਆਂ ਜੀ, ਇਹ 2009 ਦੀ ਗੱਲ ਹੈ, ਤੇ ਉਹਦੇ ਵਿੱਚ ਜਿਹੜੇ ਵਨ ਆਫ ਦਾ ਮੇਨ ਸੀਗਾ ਵਿੱਕੀ ਦਾ ਕਰੈਕਟਰ ਸੀਗਾ ਜੀ, ਬਹੁਤ ਲੋਕਾਂ ਨੇ ਪਿਆਰ ਦਿੱਤਾ, ਬਹੁਤ ਪਸੰਦ ਕੀਤਾ ਜੀ, ਕਾਫੀ ਕੰਮ ਦਿੱਤਾ ਹੈ। ਜ਼ਿਕਰ ਕਰਨਾ ਚਾਹੁੰਦਾ ਅੰਤਾਕਸ਼ਰੀ ਜਿਹੜਾ ਜੀ, ਰੇਡੀਓ ਕਰਦਾ ਹੋਸਟ ਕਰਦਾ ਹਿੰਦੀ ਗਾਣੇ ਦੀ ਅੰਤਾਕਸ਼ਰੀ ਜੀ, ਬਹੁਤ ਸਾਰੀਆਂ ਤੇ ਬਹੁਤ ਮੇਰੀ ਅੰਤਾਕਸ਼ਰੀ ਕਦੀ 3-4-5 ਘੰਟੇ ਤੋਂ ਘੱਟ ਨੀ ਚੱਲੀ, ਕਿਉਂਕਿ ਇੰਨੀ ਕੁ ਮਸਤੀ ਹੁੰਦੀ ਹੈ। ਮੈਂ ਪੁਨੀਤ ਨੇ ਪਲਾਨ ਕੀਤਾ ਤੇ ਮੈਂ ਕਿਹਾ ਯਾਰ ਅਸੀਂ ਦੂਰਦਰਸ਼ਨ ਤੇ ਅੰਤਾਕਸ਼ਰੀ ਕਰੀਏ ਜੀ, ਤੇ ਹਾਂ ਗ੍ਰੇਟ ਆਈਡੀਆ, ਤੇ ਉਦੋਂ ਆਪਾਂ ਸੋਚਿਆ ਆਪਾਂ ਕਿ ਪੰਜਾਬੀ ਗਾਣੇ ਦੀ ਅੰਤਾਕਸ਼ਰੀ ਕਰੀਏ ਜੀ, ਕਿਉਂਕਿ ਮੇਰੇ ਖਿਆਲ ਚ ਨੀ ਦੁਨੀਆਂ ਚ ਕਿਤੇ ਵੀ ਅੱਜ ਤੱਕ ਕਿਸੇ ਟੀਵੀ ਚੈਨਲ ਤੇ ਪੰਜਾਬੀ ਗਾਣੇ ਦੀ ਅੰਤਾਕਸ਼ਰੀ ਹੋਈ ਹੋਵੇ ਇਸ ਲੈਵਲ ਤੇ ਜੀ। ਬਿਲਕੁਲ, ਅੰਤਾਕਸ਼ਰੀ ਤਾਂ ਬਿਲਕੁਲ ਹਿੰਦੀ ਗਾਣਿਆਂ ਤੇ ਚੱਲਦੀ ਹੈ ਜਿੱਥੇ ਵੀ ਦੇਖਿਆ ਜਾਂਦਾ। ਹਾਂ ਜੀ, ਹਿੰਦੀ ਗਾਣੇ ਦੇ, ਸੋ ਇਹ ਬੜਾ ਵੱਡਾ ਆਈਡੀਆ, ਬਹੁਤ ਕਮਾਲ ਦਾ ਸੀ ਤੇ ਪਰ ਉਹਨਾਂ ਦੇ ਚੈਲੰਜਿੰਗ ਸੀਗਾ ਜੀ, ਤੇ ਜਿਹੜੇ ਸਟੇਸ਼ਨ ਡਾਇਰੈਕਟਰ ਸੀਗੇ ਡਾਕਟਰ ਦਲਜੀਤ ਸਿੰਘ, ਉਹ ਵੀ ਬੜੇ ਸਪੋਰਟਿਵ ਸੀਗੇ, ਉਹ ਕਹਿੰਦੇ ਕਰੋ ਯਾਰ ਕਰੋ ਜੀ। ਮੈਨੂੰ ਹੁਣ ਤੱਕ ਯਾਦ ਹੈ ਕਿ ਇੰਡੀਆ ਵਰਲਡ ਕੱਪ ਜਿੱਤਿਆ 2 April 2011 ਨੂੰ ਜੀ, ਤੇ ਉਹ ਸੋਚਿਆ ਨੀ ਸੀਗਾ, ਅਸੀਂ 3 April ਐਕਚੁਅਲੀ ਡੇਟ ਰੱਖੀ ਸੀ ਪਹਿਲੇ ਰਿਕਾਰਡਿੰਗ ਦੀ, ਉਹਨਾਂ ਨੇ ਸੋਚਿਆ ਨੀ ਸੀਗਾ ਕਿ ਇੰਡੀਆ ਵਰਲਡ ਫਾਈਨਲ ਪਹੁੰਚੇਗਾ, ਵਰਲਡ ਕੱਪ ਜਿੱਤੇਗਾ, ਸਾਰੀ ਰਾਤ ਭੰਗੜੇ ਪਾਏਗੇ ਤੇ ਸਾਰੀ ਰਾਤ ਜਾਗਦੇ ਨੇ, ਪਤਾ ਲੱਗਾ ਯਾਰ ਅੱਜ ਤਾਂ ਰਿਕਾਰਡਿੰਗ ਹੈ, ਕੈਮਰੇ ਬੁੱਕ ਹੈ, ਸਾਰਾ ਕੁਛ ਫਿਕਸਡ ਹੈ, ਪੰਜਾਬੀ ਦੇ ਗਾਲੀ ਆਦਤ ਪਈ ਹੈ। ਉਦੋਂ ਅਹਿਸਾਸ ਹੋਇਆ ਯਾਰ ਇਹ ਤਾਂ ਬੜੀ ਟੇਢੀ ਖੀਰ ਹੈ, ਚਲੋ ਜੀ ਗਾਣਾ ਸ਼ੁਰੂ ਕਰੋ ਜੀ, ਤੇ ਜਿਹੜਾ ਵੀ ਅੱਖਰ ਗਿਆ ਪੱਪੇ ਦੇ ਗਾਣਾ ਸੋਚ ਰਹੇ, ਪੱਪੇ ਦੇ ਗਾਣਾ ਸੋਚ ਰਹੇ, ਪੱਪੇ ਦੇ ਗਾਣਾ ਸੋਚ ਰਹੇ, ਉਦੋਂ ਅਹਿਸਾਸ ਹੋਇਆ ਕਿ ਵੀ ਇੰਨਾ ਸੌਖਾ ਨੀ ਹੈ, ਪਰ ਇਹ ਗੱਲ ਇਹ ਹੈ ਕਿ ਕਿਉਂਕਿ ਚੈਲੰਜਿੰਗ ਸੀ ਐਟਲੀ ਮਜ਼ਾ ਬਹੁਤ ਆਇਆ, ਉਨੀ ਕੁ ਮਿਹਨਤ ਕੀਤੀ, ਕਿਉਂਕਿ ਆਪਣਾ ਵੀ ਸ਼ੌਕ ਜ਼ਿਆਦਾ ਜਿਹੜਾ ਹਿੰਦੀ ਫਿਲਮੀ ਗਾਣੇ ਦਾ ਰਿਹਾ ਸੀ ਜੀ, ਸਾਡੇ ਗਾਣੇ ਦੀ ਬਹੁਤੀ ਕੁਲੈਕਸ਼ਨ ਸੀ ਨੀ ਜੀ, ਤੇ ਪਰ ਉਹ ਫਿਰ ਲੱਭੀ ਤੇ ਉਹ ਮਿਲੇ ਗਾਣੇ, ਤੇ ਫਿਰ ਆਏ ਬਹੁਤ ਪੁਰਾਣੇ ਰਫੀ ਸਾਹਿਬ ਦੇ, ਮਹਿੰਦਰ ਕਪੂਰ ਹੋਣਾ ਦੇ ਗਾਣੇ, ਆਸਾ ਸਿੰਘ ਮਸਤਾਨਾ ਹੋਣਾ ਦੇ ਗਾਣੇ, ਪਾਕਿਸਤਾਨੀ ਪੁਰਾਣੇ ਗਾਣੇ, ਫਿਲਮੀ ਫੋਕ, ਅੱਜ ਦੇ ਐਲਬਮ ਦੇ ਗਾਣੇ, ਉਹ ਬਹੁਤ ਮਜ਼ੇਦਾਰ ਐਕਸਪੀਰੀਅੰਸ ਸੀ, ਅੰਤਾਕਸ਼ਰੀ ਦਾ ਇੰਨਾ ਮਜ਼ਾ ਆਇਆ ਨਾ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਉਹ ਯੂਨੀਕ ਸ਼ੋ ਸੀ ਆਪਣੇ ਆਪ ਜੀ। ਬਿਲਕੁਲ, ਇਹ ਟੀਵੀ ਦਾ ਟੀਵੀ ਦੀਆਂ ਗੱਲਾਂ ਹੋ ਗਈਆਂ, ਰੇਡੀਓ ਤੇ ਹਾਂ ਰੇਡੀਓ ਤੇ ਮਤਲਬ ਬਹੁਤ ਸਾਰੀਆਂ ਗੱਲਾਂ, ਰੇਡੀਓ ਤੇ ਮੈਂ ਐਫ ਐਮ ਦਾ ਐਂਕਰਿੰਗ ਕੀਤੀ ਜੀ, ਪ੍ਰੀਤ ਕੋਲ ਜਦੋਂ ਐਫ ਐਮ ਆਇਆ ਕਹਿੰਦਾ ਯਾਰ ਤੂੰ ਮੇਰਾ ਮੇਨ ਐਂਕਰ ਬਣਨਾ, ਮੈਂ ਕਿਹਾ ਮੈਨੂੰ ਸੱਚ ਐਂਕਰਿੰਗ ਦਾ ਕੋਈ, ਕਹਿੰਦਾ ਯਾਰ ਤੂੰ ਇੰਨੀਆਂ ਗੱਲਾਂ ਕਰਦਾ, ਮੈਂ ਕਿਹਾ ਹਾਂ ਮੈਂ ਸਟੇਜ ਤੇ ਕਰਦਾ ਰਹਿੰਦਾ, ਤੂੰ ਕਹਿੰਦਾ ਬਸ ਆ ਗਿਆ ਜੀ, ਫਿਰ ਟੀਵੀ ਰੇਡੀਓ ਐਫ ਐਮ ਰੇਨਬੋ ਦੀ ਗੱਲ ਹੈ ਜੀ, ਜਿਹੜੇ ਮੇਰੇ ਦੋਸਤ ਐਫ ਐਮ ਰੇਨਬੋ ਤੁਸੀਂ ਸੁਣਿਆ ਹੋਵੇ, 2003 ਤੋਂ 2008-9-10 ਤੱਕ ਮੈਂ 4-4 ਘੰਟੇ ਲਾਈਵ, ਉਹ ਬਹੁਤ ਬਹੁਤ ਹੀ ਬਿਹਤਰੀਨ ਐਕਸਪੀਰੀਅੰਸ ਸੀ, ਬਹੁਤ ਹੀ ਫੁਲਫਿਲਿੰਗ, ਬਹੁਤ ਹੀ ਸੈਟਿਸਫਾਈਂਗ ਜੀ, ਕਿਉਂਕਿ ਉਹਦੇ ਚ ਅਲੱਗ ਅਲੱਗ ਸ਼ੋਅ ਹੁੰਦੇ ਸੀਗੇ, ਮਿਊਜ਼ੀਕਲ ਸ਼ੋਅ ਹੈ ਉਹਦੇ, ਖਾਸ ਤੌਰ ਤੇ ਜਿਹੜਾ ਡਿਸਕਸ਼ਨ ਵਾਲਾ ਸ਼ੋਅ ਹੁੰਦਾ ਸੀ ਨਾ, ਉਹਦੇ ਚ ਮੇਰੀ ਡਿਊਟੀ ਜ਼ਰੂਰ ਲੱਗਦੀ, ਤੁਸੀਂ ਵੇਟ ਕਰਦੇ ਹੁੰਦੇ ਸੀ, ਮਸ਼ਵਰਾ ਸ਼ੋਅ ਹੁੰਦਾ ਸੀ ਜੀ, ਤੇ ਉਹਦੇ ਚ ਮੈਂ ਸਬਜੈਕਟ ਵੀ ਜਿਹੜੇ ਨਾ ਇੱਦਾਂ ਦੇ ਲੈ ਕੇ ਆਉਂਦਾ ਸੀਗਾ ਕਿ ਮਤਲਬ ਉਹ ਮੈਨੂੰ, ਮੈਂ ਉਹਨੂੰ ਉਸ ਲੈਵਲ ਤੇ ਲੈ ਆਇਆ ਕਿ ਅਸੀਂ ਬਾਕੀ ਦਿਲ ਦੀਆਂ ਗੱਲਾਂ ਡਿਸਕਸ ਕਰ ਸਕੀਏ, ਜਿਹਦਾ ਆਮ ਤੌਰ ਤੇ ਟਾਕ ਸ਼ੋਅ ਦੇ ਵਿੱਚ ਨਾ ਅਸੀਂ ਉੱਤੇ ਉੱਤੇ ਲੈਵਲ ਤੇ ਰਹਿ ਜਾਂਦੇ ਹਾਂ, ਸਾਨੂੰ ਏਦਾਂ ਕਰਨਾ ਚਾਹੀਦਾ, ਸਾਨੂੰ ਏਦਾਂ ਕਰਨਾ ਚਾਹੀਦਾ, ਅਗਲਾ ਵੀ ਇਹੀ ਕਹਿ ਰਿਹਾ, ਤੁਸੀਂ ਇਹੀ ਕਹਿ ਰਹੇ, ਹੁਣ ਮੈਨੂੰ ਨਾਮ ਨੀ ਯਾਦ ਆ ਰਹੇ, ਇੱਕ ਹਾਂ ਇੱਕ ਦਿਨ ਮੈਂ ਸੋਚਿਆ ਪੁਨੀਤ ਕਹਿੰਦਾ ਕੀ ਹੈਗਾ ਅੱਜ ਦਾ ਸਬਜੈਕਟ,
ਜੀ ਮੈਂ ਕਿਹਾ ਅੱਜ ਦਾ ਸਬਜੈਕਟ ਹੈਗਾ ਸਰੀਆਂ ਬੂਥੀਆਂ। ਅੱਛਾ ਇਹ ਕੀ ਸਬਜੈਕਟ ਹੈ? ਮੈਂ ਕਿਹਾ ਸਬਜੈਕਟ ਨਾਲ ਆਪਣੀ ਸੋਸਾਇਟੀ ਦਾ ਇਹ ਬੜਾ ਵੱਡਾ ਫੈਕਟ ਹੈ ਇਹ ਕਰ ਕੀ ਆਹ ਸੁੱਜੀਆਂ ਬੂਥੀਆਂ ਅੱਛਾ ਸੁੱਜੀਆਂ ਬੂਥੀਆਂ ਇਹਨੂੰ ਮੂੰਹ ਸਜਾਈ ਰੱਖਦੇ ਮੈਂ ਇਹਨੂੰ ਮੂੰਹ ਸਜਾਈ ਰੱਖਦੇ ਦੱਸੋ ਮੈਂ ਕਿਹਾ ਇਹ ਤੋਂ ਕੀ ਮਿਲਦਾ ਜੀ ਇੱਦਾਂ ਦੇ ਇੱਦਾਂ ਦੇ ਟੌਪਿਕ ਮੈਂ ਇੱਕ ਦਿਨ ਮੈਂ ਸਬਜੈਕਟ ਲਿਆ ਮੈਂ ਜੀ ਮੈਂ ਕਿਹਾ ਬੰਦੇ ਆ ਕਈ ਨਹੀਂ ਮੰਨਦੇ ਦੱਸੋ ਕੀ ਕਰੋਗੇ ਤੁਸੀਂ ਉਹਦਾ ਕੀ ਇਲਾਜ ਹੈ ਜੀ ਉਹ ਬੜੇ ਲੋਕੀ ਉਹ ਫਿਰ ਮੇਰੇ ਨਾਲ ਗੱਲਾਂ ਵੀ ਦਿਲ ਖੁੱਲ ਕੇ ਕਰਦੇ ਹੁੰਦੇ ਸੀਗੇ ਜੀ ਕਿਉਂਕਿ ਮੈਂ ਕੋਸ਼ਿਸ਼ ਕਰਦਾ ਹੁੰਦਾ ਸੀ ਕਿ ਮੈਂ ਉਹ ਨਾ ਬੜਾ ਆਈਡੀਅਲਿਸਟਿਕ ਮਿਲ ਕੇ ਮੈਂ ਬਹੁਤ ਪਰਫੈਕਟ ਹਾਂ ਜੀ ਮੈਂ ਮੇਰੀ ਪਹਿਲੀ ਗੱਲ ਹੀ ਹੁੰਦੀ ਸੀ ਅਸਲ ਨਿਆਏ ਕਹਿਣਾ ਨੀ ਮੰਨਦੇ ਮੈਂ ਮੇਰੇ ਆਪਣੇ ਨੀ ਮੰਨਦੇ ਯਾਰ ਦੱਸੋ ਅਗਲੀ ਗੱਲ ਕਰੋ ਉਹ ਕੀ ਹੁੰਦਾ ਸੀ ਅਗਲਾ ਬੰਦਾ ਰਿਲੈਕਸ ਹੋ ਜਾਂਦਾ ਸੀ ਉਹ ਫਿਰ ਖੁੱਲ ਕੇ ਗੱਲ ਕਰਦਾ ਸੀ ਕੋਈ ਐਜ ਆਈਡੀਅਲ ਫੇਸ ਨੀ ਸੀ ਕਰਦਾ ਹੁੰਦਾ ਕਿ ਮੈਂ ਬਹੁਤ ਫਰਕ ਮੈਂ ਮੈਂ ਹੀ ਇੱਥੇ ਸਾਡੇ ਵਰਗਾ ਬੰਦਾ ਮੇਰੀ ਇਹੀ ਸਭ ਤੋਂ ਪ੍ਰੋਬਲਮ ਹੈਗੀ ਆ ਉਹ ਡਿਸਕਸ਼ਨ ਦਾ ਲੈਵਲ ਬੜਾ ਬੜਾ ਇਨਫੋਰਮਲ ਹੋ ਜਾਂਦਾ ਸੀ ਇੰਟਰਸਟਿੰਗ ਪ੍ਰੋਗਰਾਮ ਹੋ ਜਾਂਦਾ ਸੀ ਮੇਰੇ ਹਿੰਦੀ ਫਿਲਮ ਮਿਊਜ਼ਿਕ ਦਾ ਇੰਨਾ ਸ਼ੌਕ ਰਿਹਾ ਸੀ ਕਿਤੇ ਨਾ ਕਿਤੇ ਉਹ ਝਲਕਦਾ ਹੁੰਦਾ ਸੀ ਲੋਕੀ ਕਹਿੰਦੇ ਸੀ ਭਾਜੀ ਹੁਣ ਬੰਬੇ ਨੀ ਜਾਣਾ ਜੀ ਤੇ ਇਹ ਵੀ ਮੂੰਹ ਨਿਕਲ ਗਿਆ ਮੈਂ ਕਿਹਾ ਯਾਰ ਬੰਬੇ ਹੁਣ ਕੀ ਜਾਣਾ ਹੁਣ ਬੰਬੇ ਹੀ ਇੱਥੇ ਆਊਗਾ ਅੱਛਾ ਜੀ ਤੇ ਦੈਟ ਇਜ਼ ਵਾਟ ਲਿਟਰਲੀ ਹੈਪਨਡ ਉਸ ਤੋਂ ਬਾਅਦ ਜਦੋਂ ਪੰਜਾਬ ਬੰਬੇ ਤੋਂ ਆਫਰ ਆਈ ਸੀ ਉਹ ਬੇਸਿਕਲੀ ਉਹਦੀ ਕਿਸੇ ਨਾ ਕਿਸੇ ਤੁਹਾਡਾ ਆਪਣਾ ਕੀਤਾ ਕੰਮ ਤੁਹਾਡੇ ਆਪਣੇ ਸਾਹਮਣੇ ਆਉਂਦਾ ਅਨੁਰਾਗ ਸਿੰਘ ਆਪਣਾ ਜਿਹੜਾ ਇੰਨਾ ਵਧੀਆ ਇੰਨਾ ਕਮਾਲ ਦਾ ਡਾਇਰੈਕਟਰ ਹੈ ਤੇ ਉਹਦੀ ਵਾਈਫ ਜਿਹੜੀ ਹੈ ਸਰਗੀ ਜੀ ਤੇ ਉਹ ਮੇਰੀ ਵਨ ਆਫ ਦਾ ਫੇਵਰੇਟ ਸਟੂਡੈਂਟਸ ਹੈਗੀ ਬਹੁਤ ਅੱਛੀ ਮੈਂ ਉਹਨੇ ਕਿਉਂਕਿ ਮੈਂ ਕਾਲਜ ਚ ਵੀ ਬਹੁਤ ਸਾਲ ਥੀਏਟਰ ਕਰਾਇਆ ਜੀ ਤੇ ਪੂਰੀ ਵਨ ਆਫ ਦਾ ਫੇਵਰੇਟ ਸਟੂਡੈਂਟਸ ਬਹੁਤ ਉਹਨੇ ਚਾਰ ਪੰਜ ਨਾਟਕ ਕੀਤੇ ਚਾਰ ਪੰਜ ਬਿਹਤਰੀਨ ਰੋਲਸ ਉਹਨੇ ਮੇਰੇ ਨਾਲ ਕੀਤੇ ਜੀ ਤੇ ਉਹਦੀ ਕਹਾਣੀ ਚੱਲ ਰਹੀ ਸੀਗੀ ਪੰਜਾਬ 1984 ਦੀ ਜੀ ਸਭ ਤੋਂ ਮੈਂ ਇੱਥੇ ਇੱਕ ਗੱਲ ਐਡ ਕਰਨੀ ਚਾਹਾਂ ਕਿ ਪਿੱਛੇ ਜੇ ਅਨੁਰਾਗ ਤੇ ਸਰਗੀ ਉਹਨਾਂ ਦੇ ਘਰ ਬੇਟਾ ਪੈਦਾ ਹੋਇਆ ਜੀ ਤੇ ਇਹ ਵੁੱਡ ਲਾਈਕ ਟੂ ਟੇਕ ਦਿਸ ਚਾਂਸ ਕਿ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਹੱਸਣ ਖੇਡਣ ਵਾਲੇ ਹੋ ਖੁੱਲੇ ਡੁੱਲੇ ਹੋ ਇਹ ਰੋਲ ਤੁਹਾਡਾ ਬੜਾ ਹੋਰ ਤਰ੍ਹਾਂ ਦਾ ਸੀ ਪੰਜਾਬ 84 ਜੀ 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 ਮਤਲਬ ਕੀ ਕਹਿਣਾ ਕੀ ਚਾਹ ਰਹੇ ਹੋ ਦੂਸਰੀ ਫਿਲਮ ਦੇ ਵਿਚ ਤੁਸੀਂ ਜਿਹੜੀ ਪੱਗ ਬਣ ਕੇ ਦਾੜੀ ਰੱਖੀ ਹੋਈ ਹੈ ਤੇ ਓਦਾਂ ਤੁਹਾਨੂੰ ਇਹਨਾਂ ਰੋਲਾਂ ਦੇ ਵਿਚ ਜਿਹੜੇ ਰੋਲ ਤੁਸੀਂ ਕਰਦੇ ਹੋ ਤੇ ਆਮ ਜ਼ਿੰਦਗੀ ਦੇ ਵਿਚ ਤੁਹਾਨੂੰ ਥੋੜਾ ਜਾ ਚਾਨਣਾ ਵੀ ਸਗਾਲਾ ਨੀ ਹੁੰਦਾ ਬਿਲਕੁਲ ਤੁਹਾਡੀ ਜਿਹੜੀ ਪਹਿਚਾਣ ਹੈ ਉਹ ਵੀ ਸੁਖਾਲੀ ਨਹੀਂ ਹੋ ਜਾਂਦੀ ਹਾਂ ਬਿਲਕੁਲ ਤੁਸੀਂ ਉਸ ਇਹ ਚੀਜ਼ ਵੀ ਹੈ ਤੇ ਮੈਂ 1984 ਦੀ ਗੱਲ ਪਹਿਲਾਂ ਕਰੂੰਗਾ ਕਿ ਉਹ ਜਿੱਦਾਂ ਸਰਗੀ ਦਾ ਮੈਨੂੰ ਫੋਨ ਆਇਆ ਸਰ ਇੱਕ ਬੜਾ ਜ਼ਬਰਦਸਤ ਕਰੈਕਟਰ ਹੈ ਸਰ ਉਹ ਲੈਂਥ ਵਾਲੀ ਤਾਂ ਬਹੁਤ ਜ਼ਿਆਦਾ ਨਹੀਂ ਹੈ ਪਰ ਤੁਸੀਂ ਸਾਨੂੰ ਸਿਖਾਇਆ ਕਿ ਨੋ ਰੋਲ ਇਜ਼ ਸਮਾਲ ਇਟ ਇਜ਼ ਦੀ ਐਕਟਰ ਹੂ ਇਜ਼ ਬਿਗ ਔਰ ਸਮਾਲ ਜੀ ਮੈਂ ਕਿਹਾ ਹਾਂ ਉਹ ਤਾਂ ਕੋਈ ਚੱਕਰ ਨਹੀਂ ਹੈ ਕਹਿੰਦੀ ਸਰ ਪਰ ਉਹ ਜੋ ਹੈ ਨਾ ਜੋ ਉਹਦੇ ਕੋਲ ਜਿਹੜੇ 10 ਮਿੰਟ ਉਹਦੇ ਕੋਲ ਹੈ ਨਾ ਕਿਰਨ ਉਹ ਜਿਹੜਾ ਸੀਕੁਐਂਸ ਹੈ ਨਾ ਪੂਰਾ ਕਿਰਨ ਖੇਰ ਮੈਡਮ ਦੇ ਨਾਲ ਜੀ ਤੇ ਮੈਂ ਕਿਹਾ ਹਾਂ ਮੈਂ ਕਰੂੰਗਾ ਯਾਰ ਜ਼ਰੂਰ ਫਿਰ ਕੀਤਾ ਬਹੁਤ ਮਜ਼ਾ ਆਇਆ ਅਨੁਰਾਗ ਵੈਸੇ ਡਾਇਰੈਕਟਰ ਬਹੁਤ ਕਮਾਲ ਦਾ ਜੀ ਤੇ ਉਹ ਕਹਿੰਦੀ ਪਵਨ ਜੀ ਪਵਨ ਮਹੋਤਰਾ ਜੀ ਪੁੱਛ ਚੁੱਕੇ ਆ ਕਿਰਨ ਮੈਡਮ ਪੁੱਛ ਚੁੱਕੇ ਆ ਮੰਗੇ ਤਾਂ ਕੌਣ ਕਰ ਰਿਹਾ ਇੰਨਾ ਜ਼ਬਰਦਸਤ ਰੋਲ ਦਾ ਉਸ ਸ਼ੂਟਿੰਗ ਦੇ ਦੌਰਾਨ ਜਿਹੜਾ ਮੈਨੂੰ ਸਭ ਤੋਂ ਵੱਡਾ ਕੰਪਲੀਮੈਂਟ ਮਿਲਿਆ ਨਾ ਜੀ ਤੇ ਪਵਨ ਮਲਹੋਤਰਾ ਹੁਣੀ ਐਂਡ ਚ ਮੈਨੂੰ ਚੱਲ ਪਈ ਤੇ ਅੱਜ ਉਹ ਤਾਂ ਕਰਨਾ ਉਹਨੂੰ ਸ਼ਿਵੇ ਨੂੰ ਜੀ ਤੇ ਮੈਂ ਉਦੋਂ ਮੈਂ ਕਰਦਾ ਕਿ ਨਹੀਂ ਜੀ ਹੁਣ ਬਹੁਤ ਹੋ ਗਿਆ ਹੁਣ ਤਾਂ ਪਹਿਲਾਂ ਵੀ ਜੋ ਕੀਤਾ ਉਹਦਾ ਵੀ ਪਤਾ ਨੀ ਹਿਸਾਬ ਦੇ ਹੋਣਾ ਕਿਸੇ ਨੂੰ ਕਿ ਨਹੀਂ ਜੀ ਉਹ ਜਦੋਂ ਟੇਕ ਹੋਇਆ ਤੇ ਪਵਨ ਜੀ ਕਹਿੰਦੇ
अनुराग सर, इसका मतलब हमारी फिल्म की एक नहीं दो हीरो है जी। बहुत बड़ा कॉम्प्लीमेंट थी मेरे लिए जी, क्योंकि वो बंदा भी सुधर गया, अभी सही ट्रैक पे चल गया जी। तो उस रोल को इतना प्यार मिले, एक तो पता की होंगे उसी जो एक ब्लॉक में शूट कर दे ना जी, तो वाकई सारा होगा। मेरे बहुत सारे दोस्त है, ड्यू रिस्पेक्ट फॉर मेरे नथिंग, बट कुछ जो करता थे वो बहुत सारी फिल्म करी बैठे है ना, पर वो बाई चांस कोई लड़ा दे रहे वो फिल्म हिट नहीं हुई है। वो उन्हें मैं हमेशा ये कर करता कि कुछ इंडिविजुअली करना है कि नहीं जी। तो मैं ऐसे ही रोल की तलाश थी इंडिविजुअली, मेरे को अपना कुछ हो बैठा कुछ सीन हो बैठा जी। तो उस बाद जी बनी हैगी है इन्नी जबरदस्त, मैंने खास तौर से इंडस्ट्री अपने कुलीग्स तो इन्ना प्यार मिला, इन्नी रिस्पेक्ट मिली जेडे फिल्म के मेरे ना काम कर रहे थे। उस तो बाद वो ओदा ही जलवा है पंजाब 1984 का कि फिल्म मेरा ये नवा नवी डायरेक्शन नवा करियर शुरू हो गया जी। बिल्कुल, इस तो बाद आई कप्तान जी। कप्तान बिल्कुल बिल्कुल कप्तान जी, कप्तान जी बहुत जबरदस्त देखिए, बहुत बहुत मजेदार रोल सी मेजर जेड़ा जी सारी कहानी है जी। बिल्कुल जी, कितनी भाई कहने कहते जो पहले भाई हमारे साथ सचिन है नहीं आया बहुत मजा आया किसी भाई ने काम करा था, दलजीत उन्होंने काम करा था, बहुत मजा आया जी। तो कितना कितने ये सब मेरे कुछ देख चुके हैं, तो वो रिस्पेक्ट भी कितना कितने बनी हुई है जी। दलजीत तो मिलते ही कहते कहते भाजी बैठा वाले बारू वाले पहचान लिया जी। बिल्कुल, फिर थोड़ी अगली मूवी आई जी 25 किले जी, ओ विच वकील दा जेड़ा तुसी रोल कीता जी जी जी। मैं मतलब मजाक करता हुंदा, मैं कहा यार हुण ओदे च मेरा केस सीगा जी, ते ओदे च मैं वकील सी कप्तान दे विच जी, ते एदे च वकील आ, मैं कहा हुण बस जज दा रोल रह गया हुण कर जी। बिल्कुल सही, सफर उधर चल जा रहा है, जज दा रोल मैं कर रहा जी। वो ऐडा के यूथ फेस्टिवल दे विच कई यूनिवर्सिटीज वाले मैं थिएटर जजमेंट भी बोलते हैं, वो भी कितना कितने जी। बिल्कुल जी, जिंदगी दे सफर चो आप थिएटर ते परिवारक सफर चो की लगदा तुहानू, की कहना चाहोगे, कोई रोचक याद जिहड़ी सांझी, वैसे तो तुसी बहुत सारियां यादां वैसे ही सांझियां करतीयां, विशेष जिहड़ी तुहाडे दिल च जिहड़ी हमेशा जिहड़ी जगह बना के रखती है, कोई याद कोई तजर्बा जिहड़ा साडे स्रोतां नाल सांझा करो। बहुत सारियां क्योंकि मैनूं ना मेरी एंकरिंग लोकां नूं इन्नी इस करके पसंद आई क्योंकि कितना कितने मैनूं गल्लां नूं फिलोसोफाइज करन दी बहुत आदत है, क्योंकि मैं अपने नतीजे आप कढदा जिंदगी आप देख के उन्हें तोड़ करना, वो क्योंकि मैं एक्टर भी हाँ, मैं सिंगर भी हाँ, तो वो लाइफ का थोड़ा बहुत एक्सपीरियंस वो सारा कुछ कल मिला के मेरी एंकरिंग आ जाता है। मैं पिछले गल कर रही थी डिस्कशन, मैं जी यही निचोड़ कढ़िया कि परफेक्ट कुछ नहीं है, परफेक्ट की हस्ती कोई नहीं है जी। एक बंदा खेत दे विच काम कर रहा है, उहदे कोल ट्रेन लंघदी है जी, वो ट्रेन च बैठा है, वो सोच रहा है यार सब कुछ नहीं है, सब कुछ नहीं। एक सुपरस्टार जो एक्टर बन जाता है काम चांस जिन्नी टेंशन च फसिया होंगे, वो एक दिन थिएटर की रिहर्सल देख चला जाता है, कहना क्या बात है यार, ये है जिंदगी, किन्ना सुकून है, थिएटर कर रहे हैं मजे ना, कोई टेंशन नहीं है। वो जिन्हें लोगों को मिलने वाला होंगे दूजे दी थाली वाला जिहड़ा लड्डू वड्डा हुंदा ओहनू नहीं नहीं मनना चाहीदा वी आप दा लड्डू ठीक है। हां लगदा कि अपना जो है हर बंदे दा अपना अपना काम है, अल्टीमेटली होर सब तो वड्डी गल्ल है कि जी बिल्कुल है ना, जिन्होंने अपना काम नहीं आता
ਜੀ ਬਿਲਕੁਲ ਤੇ ਆਪਣਾ ਕੰਮ ਕਰੋ ਤੁਹਾਡੀ ਪਛਾਣ ਆਪੇ ਬਣਦੀ ਹੈ ਜੀ ਤੇ ਹੁਣ ਨਵਾਂ ਜਿਹੜਾ ਤੁਸੀਂ ਕੁਛ ਕੀ ਕਰਨ ਜਾ ਰਹੇ ਹੋ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਬਹੁਤ ਹੀ ਪਿਆਰੀ ਬਹੁਤ ਹੀ ਫਿਲਮ ਸਾਰੀ ਹਿੰਦੀ ਫਿਲਮ ਹੈ ਉਹ ਜੀ ਤੇ ਉਹਦੇ ਚ ਲੀਡਿੰਗ ਹੈ ਕਰੈਕਟਰ ਮੇਰਾ ਮੇਲ ਜੀ ਕੁੜੀ ਦੀ ਕਹਾਣੀ ਹੈ ਬਹੁਤ ਖੂਬਸੂਰਤ ਫਿਲਮ ਬਣੀ ਹੈ ਰਾਜੀਵ ਹੋਣਾ ਨੇ ਡਾਇਰੈਕਟ ਕੀਤੀ ਹੈ ਜਿਹਨਾਂ ਨੇ ਨਾਬਰ ਫਿਲਮ ਕੀਤੀ ਸੀ ਉਹਦੇ ਲਈ ਨੈਸ਼ਨਲ ਅਵਾਰਡ ਵੀ ਮਿਲਿਆ ਸੀ ਉਹਨਾਂ ਨੂੰ ਜੀ ਤੇ ਬਹੁਤ ਖੂਬਸੂਰਤ ਫਿਲਮ ਬਣੀ ਹੈ ਤੇ ਪਿੱਛੇ ਜੇ ਰਾਜੀਵ ਹੋਣਾ ਨਾਲ ਵੀ ਗੱਲ ਹੋ ਰਹੀ ਸੀ ਤੇ ਉਹ ਮੇਰਾ ਡਾਇਰੈਕਟਰ ਮੈਨੂੰ ਕਹਿ ਰਿਹਾ ਵੀ ਭਾਈ ਤੁਹਾਡਾ ਇਹ ਲਾਈਫ ਟਾਈਮ ਰੋਲ ਹੈ ਜੀ ਏਦਾਂ ਉਹਦੇ ਚ ਕੰਮ ਹੋਇਆ ਬਹੁਤ ਇਮੋਸ਼ਨਲ ਖਾਮੋਸ਼ ਮੁਹੱਬਤ ਤੇ ਉਹਦੇ ਚ ਗੈਟਅਪ ਵੀ ਬੜਾ ਕਮਾਲ ਦਾ ਆਇਆ ਤੇ ਬਾਕੀ ਸਾਰੀਆਂ ਫਿਲਮਾਂ ਚ ਪੰਜਾਬ 1984 ਚ ਕਪਤਾਨ ਸਿੰਘ ਦਾੜੀ ਮੈਂ ਆਪ ਵਧਾਈ ਸੀ ਉਹਦੇ ਚ ਬੜੀ ਆਰਟੀਫਿਸ਼ਲ ਪਰ ਜੱਜ ਬੜੀ ਰਹੀ ਹੈ ਮੇਰੇ ਜੀ ਤੇ ਬਹੁਤ ਹੀ ਖੂਬਸੂਰਤ ਫਿਲਮ ਬਣੀ ਹੈ ਉਹ ਬਸ ਥੋੜਾ ਜਿਹਾ ਹੁਣ ਆਈ ਥਿੰਕ ਦਿਸ ਇਜ਼ ਅਕਤੂਬਰ ਨਾ ਆਈ ਥਿੰਕ ਇਸ ਸਾਲ ਰਿਲੀਜ਼ ਹੋ ਜਾਣੀ ਚਾਹੀਦੀ ਹੈ ਜੀ ਸਾਰੀ ਤਿਆਰੀ ਹੈ ਜਸਵਿੰਦਰ ਚੀਮਾ ਉਹਦੇ ਚ ਜਿਹਨਾਂ ਨੇ ਸਾਬੀ ਦਾ ਕੀਤਾ ਟਾਈਟਲ ਰੋਲ ਬਹੁਤ ਵਧੀਆ ਕੰਮ ਕੀਤਾ ਆਸ਼ੀਸ਼ ਜੁਗਲ ਭਾਜੀ ਹੈਗੇ ਹੈ ਮਨੀ ਗੋਪਾਲ ਹੈ ਬਹੁਤ ਅੱਛੇ ਉਹ ਹੈਗੇ ਬਹੁਤ ਬਹੁਤ ਬਿਹਤਰੀਨ ਕੰਮ ਹੋਇਆ ਜੀ ਜੀ ਬਿਲਕੁਲ ਉਹ ਮੈਂ ਉਹ ਲੁਕਿੰਗ ਫਾਰਵਰਡ ਟੂ ਦੈਟ ਉਸ ਤੋਂ ਬਾਅਦ ਨਵੀਂ ਇੱਕ ਫਿਲਮ ਦੀ ਮੇਰੀ ਕੱਲ ਹੀ ਗੱਲ ਹੋਈ ਹੈ ਤੇ ਅੱਜ ਉਹਦੀ ਕਨਫਰਮੇਸ਼ਨ ਦਾ ਫੋਨ ਆਏਗਾ ਨਵੰਬਰ ਚ ਉਹ ਸ਼ੁਰੂ ਹੋਏਗੀ ਇੱਕ ਪ੍ਰੋਜੈਕਟ ਹੋ ਰਿਹਾ ਜਿਹਦੀ ਗੱਲ ਹੋਈ ਸੀ ਉਹ ਪਤਾ ਨੀ ਹਾਲੇ ਉਹਦਾ ਉਹ ਜਿਹਦੀ ਫਿਲਮ ਖਰੀਦੀ ਹੈ ਪਰ ਚੱਲਦੀ ਚੱਲੀ ਜਾ ਰਿਹਾ ਕੰਮ ਜੀ ਦੇਣੀ ਜ਼ਿੰਦਗੀ ਵਧੀਆ ਢੰਗ ਨਾਲ ਤੁਸੀਂ ਜਿਹੜੀ ਤੁਸੀਂ ਉਦਾਹਰਨ ਵੀ ਦਿੱਤੀ ਹੈ ਜਿੱਥੇ ਹੋ ਖੁਸ਼ ਹੋ ਮਸਤ ਹੋ ਇਹੀ ਜ਼ਿੰਦਗੀ ਦਾ ਜਿਹੜਾ ਤੁਸੀਂ ਸੁਨੇਹਾ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਜੀ ਤੇ ਲਾਸਟ ਦੇ ਵਿੱਚ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਸੀਂ ਬੜੇ ਹਸਮੁਖ ਹੋ ਤਸੱਲੀ ਮਹਿਸੂਸ ਕਰਦੇ ਹੋ ਆਪਦੀ ਜ਼ਿੰਦਗੀ ਤੇ ਸਾਡੇ ਸਰੋਤਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਇੱਕ ਸੰਦੇਸ਼ ਜ਼ਰੂਰ ਦਿਓ ਆਪਣੇ ਨਿਆਣੇ ਸੰਤੋਸ਼ ਪਰਸਾ ਇੰਟਰਨੈਸ਼ਨਲ ਪਲੇਅਰ ਨੇ ਬਾਸਕਿਟਬਾਲ ਦੇ ਤੇ ਉਸ ਤੋਂ ਇਲਾਵਾ ਬਹੁਤ ਕਮਾਲ ਦੇ ਫੋਕ ਸਿੰਗਰ ਨੇ ਤੇ ਬਹੁਤ ਸਾਰੇ ਸ਼ੋਅ ਐਂਕਰ ਕਰਦੇ ਨੇ ਦੂਰਦਰਸ਼ਨ ਦੇ ਜੀ ਪੰਜਾਬੀ ਦੇ ਜ਼ਾਇਕਾ ਸਟਾਰ ਸ਼ੋਅ ਲਿਸਕਾਰਾ ਹੋਰ ਬਹੁਤ ਬਹੁਤ ਮਲਟੀ ਟੈਲੈਂਟਡ ਪਰਸਨੈਲਿਟੀ ਨੇ ਜੀ ਤੇ ਬੇਟੀ ਮੇਰੀ ਸੁਖਮਨੀ ਬਸਰਾ ਜੀ ਉਹ ਬਹੁਤ ਸਾਰੇ ਵੀਡੀਓਜ਼ ਕਰ ਚੁੱਕੀ ਹੈ ਤੇ ਸਿੰਗਿੰਗ ਨੂੰ ਬੜਾ ਇੰਟਰਸਟ ਹੈ ਹੋਰ ਐਕਟਿੰਗ ਨੂੰ ਬੜਾ ਇੰਟਰਸਟ ਹੈ ਅਲੱਗ ਅਲੱਗ ਐਕਟਿੰਗ ਵੀ ਬੜਾ ਕੀਤੀ ਹੈ ਜੀ ਤੇ ਦੇਖਦੇ ਹਾਂ ਕੀ ਹੁਣ ਉਹਨਾਂ ਦਾ ਕੀ ਮੂਡ ਬਣਦਾ ਤੇ ਬੇਟੇ ਨੂੰ ਤੁਸੀਂ ਸਾਰਿਆਂ ਨੇ ਦੋਸਤਾਂ ਨੇ ਦਰਸ਼ਕਾਂ ਨੇ ਦੇਖਿਆ ਹੋਏਗਾ ਜਿਨ੍ਹਾਂ ਨੇ ਕਪਤਾਨ ਫਿਲਮ ਦੇਖੀ ਹੈ ਜੀ ਕਪਤਾਨ ਫਿਲਮ ਚ ਜਦੋਂ ਮੈਂ ਆਪਣੀ ਕਹਾਣੀ ਸੁਣਾਉਣਾ ਤੇ ਉਹਦੀ ਜਿਹੜੀ ਫਲੈਸ਼ ਬੈਕ ਚੱਲਦੀ ਹੈ ਬਚਪਨ ਦਾ ਕੰਮ ਕੀਤਾ ਮੇਰਾ ਬੇਟਾ ਸੁਰਮੀਤ ਬਸਰਾ ਜੀ ਤੇ ਬੜਾ ਜੀ ਮੈਟਰ ਫਿਰ ਉੱਠ ਗਿਆ ਹਾਂਜੀ ਹਾਂਜੀ ਜੀ ਨਹੀਂ ਨਹੀਂ ਆ ਰਹੀ ਹੈ ਉਹ ਹੁਣ ਫਿਲਮ ਸਟੱਡੀਜ਼ ਦੀ ਪੜ੍ਹਾਈ ਕਰ ਰਿਹਾ ਤੇ ਉਹ ਪੂਰੀ ਉਸ ਫੀਲਡ ਚ ਆਏਗਾ ਜੀ ਜਿੱਥੋਂ ਮੈਂ ਗੈਂਗਸਟਰ ਨੂੰ ਦੱਸਣ ਦੀ ਗੱਲ ਹੈ ਜਿਹੜਾ ਨਾ ਇਹ ਸਾਨੂੰ ਇੰਸਟੈਂਟ ਲਾਈਕ ਤੋਂ ਸ਼ੋਪ ਤੋਂ ਕੁਝ ਖਰੀਦਣ ਗਿਆ ਜੀ ਮੈਂ ਕਿਹਾ ਦੋ ਚੀਜ਼ਾਂ ਸੀਗੀਆਂ ਇੱਕ 40 ਰੁਪਏ ਦੀ ਸੀ ਇੱਕ ਮੈਂ ਕਿਹਾ 22 ਰੁਪਏ ਦੀ ਸੀ ਤੇ ਮੈਂ ਪੁੱਛਿਆ ਕਿੰਨੇ ਪੈਸੇ ਹੋ ਗਏ ਤਾਂ ਉੱਥੇ ਮੇਰੀ ਬੱਚੀ ਬੈਠੀ ਸੀ ਉਹ ਕੈਲਕੂਲੇਟਰ ਯੂਜ਼ ਕਰਦਾ ਮਤਲਬ ਉਹ ਇੱਕ ਪੂਰਾ ਆਪਣੇ ਆਪ ਚ ਇੱਕ ਪੂਰਾ ਚੈਪਟਰ ਹੈ ਮੈਂ ਕਿਹਾ ਬੱਚੇ ਤੁਹਾਨੂੰ ਇਹ ਦੋ ਰਕਮਾਂ ਜੋੜਨ ਲਈ ਵੀ ਕੈਲਕੂਲੇਟਰ ਦੀ ਲੋੜ ਹੈ ਜੀ ਹੁਣ ਉਹ ਕਿਤੇ ਨਾ ਕਿਤੇ ਉਹ ਪੂਰੀ ਅੱਜ ਦੀ ਪੀੜ੍ਹੀ ਨੂੰ ਦਾ ਸਿੰਬਲ ਹੈ ਸਾਨੂੰ ਚੀਜ਼ਾਂ ਸੌਖੀਆਂ ਕਰਨ ਦੀ ਇੰਨੀ ਆਦਤ ਪੈ ਗਈ ਨਾ ਅਸੀਂ ਮਿਹਨਤ ਤੋਂ ਅੱਜ ਦੀ ਪੀੜ੍ਹੀ ਜਿਹੜੀ ਹੈ ਨਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਮਿਹਨਤ ਤੋਂ ਬਚਣਾ ਚਾਹੁੰਦੀ ਹੈ ਜੀ ਉਹ ਚਾਹੁੰਦੀ ਬਿਨਾਂ ਕੀਤੇ ਹੀ ਹੋਵੇ ਜੀ ਬਿਨਾਂ ਕੀਤੇ ਹੁੰਦਾ ਹੀ ਹੋਣਾ ਉਹ ਨਹੀਂ ਹੋਣਾ ਬਿਨਾਂ ਕੀਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਰਹਿ ਜਾਣਾ ਇੱਕ ਬੱਚਾ ਆਪਣੇ ਡੈਡ ਨੂੰ ਦੱਸਦਾ ਪਾਪਾ ਅੱਜ ਮੈਂ ਕਮਾਲ ਕਰਤੀ ਮਾਰਤੇ ਨਹੀਂ ਬਿਠਾਣੀ ਉਹ ਕਰੋ ਬੱਚੋ ਕਿਆ ਬਾਤ ਹੈ
ਕਿੱਥੇ ਕਿਹੜੀ ਗਰਾਊਂਡ ਚੱਲਦੇ ਜੀ ਕੰਪਿਊਟਰ ਤੇ? ਅੱਛਾ, ਅਸੀਂ ਇੰਨੇ ਇੰਨੇ ਗੁਲਾਮ ਹੋ ਗਏ, ਇੰਨੇ ਅੱਗੇ ਕੀ ਸੀਗਾ ਕਿ ਇਹਨਾਂ ਨੇ ਸਾਡੀ ਮਤਲਬ ਇੰਨੀਆਂ ਡਿਸਟਰੈਕਟ ਕਰਤਾ ਨਾ ਯੂਥ ਦੇ ਮਾਇੰਡ ਨੂੰ, ਇਹ ਹੋਈ ਹੈ ਲਾ ਦੇ ਕੇ ਗੱਲਾਂ। ਅਸੀਂ ਅੱਜ 20 ਸਾਲ ਪਹਿਲਾਂ ਵੀ ਸਕੂਲ ਚ ਅਸੀਂ ਪੜ੍ਹਦੇ ਸੀਗੇ ਕਿ ਸਾਇੰਸ ਦੇ ਲਾਭ ਤੇ ਹਾਨੀਆਂ ਦੱਸੋ, ਤੇ ਉੱਥੇ ਵੀ ਅਸੀਂ ਇਹਦੇ ਕੰਕਲੂਜਨ ਤੇ ਪਹੁੰਚਦੇ ਸੀਗੇ ਕਿ ਇਹ ਸਾਡੀ ਸਹੂਲਤ ਲਈ ਹੈ, ਅਸੀਂ ਇਹਨਾਂ ਦੇ ਗੁਲਾਮ ਨਹੀਂ ਬਣਨਾ ਜੀ। ਇਹ ਗੱਲ ਕਿਤੇ ਨਾ ਕਿਤੇ ਸਾਨੂੰ ਸਮਝ ਨਹੀਂ ਪਾਏਗੀ ਕਿ ਇਹ ਸਾਡੀ ਸਹੂਲਤ ਲਈ ਹੈ, ਸਾਰੀਆਂ ਜਿਹੜੀ ਫੈਸਿਲਿਟੀਜ਼ ਨੈੱਟ ਹੋ ਗਏ ਜਾਂ ਮੋਬਾਈਲ ਹੋ ਗਿਆ, ਅਸੀਂ ਪਰ ਇਹਨਾਂ ਦੇ ਗੁਲਾਮ ਬਣ ਗਏ ਹਾਂ, ਬਣ ਚੁੱਕੇ ਹਾਂ। ਬਿਲਕੁਲ, ਰਿਸ਼ਤਿਆਂ ਦੇ ਵਿੱਚ ਵੀ ਇਹਨੇ ਸੰਨ ਲਾ ਦਿੱਤਾ, ਸਾਡੇ ਰਿਸ਼ਤੇ ਖਰਾਬ ਕਰ ਦਿੱਤੇ ਜੀ। ਬਿਲਕੁਲ, ਬਾਕੀ ਮਾੜਾ ਮੋਟਾ ਕੰਮ ਕਰੀਏ ਨਾ, ਮੇਨ ਕੰਮ ਮੇਰਾ ਫੇਸਬੁੱਕ ਚਲਾਉਣਾ ਜੀ। ਬਿਲਕੁਲ, ਇਹਦੇ ਚੋਂ ਨਿਕਲਣਾ ਪੈਗਾ ਯੂਥ ਨੂੰ ਕਿ ਜਿਹੜੀ ਮਿਹਨਤ ਹੈ ਨਾ, ਮਿਹਨਤ ਕਰਨੀ ਪਏਗੀ ਜੀ, ਉਹ ਕਰਨੀ ਪਏਗੀ ਜੀ। ਤੇ ਸਾਡੇ ਪ੍ਰੋਗਰਾਮ ਦੇ ਵਿੱਚ ਬਾਕੀ ਦਾ ਮੈਂ ਕੀ ਆ, ਤੁਸੀਂ ਆਨ ਰੱਖੋ ਤੇ ਚਲਾਇਓ, ਕੋ ਮੈਨੂੰ ਕੋਈ ਟੈਨਸ਼ਨ ਨਹੀਂ, ਪ੍ਰੋਗਰਾਮ ਟਾਈਮ ਮੁੱਕਣ ਵਾਲਾ ਹੋਣਾ। ਹਾਂਜੀ ਹਾਂਜੀ, ਸਮਾਂ ਬੰਦਸ਼ ਹੈ ਜੀ, ਬਿਲਕੁਲ ਨਹੀਂ, ਗੱਲਾਂ ਬਾਤਾਂ ਕਰਨ ਨੂੰ ਤਾਂ ਹੋਰ ਬੜਾ ਮਨ ਸੀ, ਤੇ ਕਿਸੇ ਦਿਨ ਫੇਰ ਸਬੱਬ ਬਣਿਆ ਤਾਂ ਤੁਹਾਡੇ ਨਾਲ ਜੁੜਾਂਗੇ ਜੀ। ਤੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਮਾਂ ਦਿੱਤਾ ਤੇ ਤੁਹਾਡਾ ਧੰਨਵਾਦ, ਤੇ ਮੇਰੇ ਵੱਲੋਂ, ਸਾਰੀ ਟੀਮ ਵੱਲੋਂ ਤੇ ਸਰੋਤਿਆਂ ਵੱਲੋਂ ਵੀ ਤੁਹਾਨੂੰ ਬਹੁਤ ਸਾਰੀਆਂ ਅਗਲੇ ਕਦਮਾਂ ਲਈ ਦੁਆਵਾਂ ਜੀ, ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਥੈਂਕ ਯੂ, ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ, ਓਕੇ ਜੀ, ਜਿੰਦੇ ਵਾਸਤੇ ਰਹੋ।